ਹਰਜੋਤ ਭੰਡਾਲ ਵਾਲਾ ਆਇਆ, ਸਾਰੇ ਪਲੇਅਰਾਂ ਦਾ ਧੰਨਵਾਦ ਹੈ। ਹਾਂਜੀ ਰਿੱਕੀ ਬਾਈ, ਦੋ ਦੋ ਸੱਜਣ ਗਰਾਊਂਡ ਦੇ ਵਿੱਚ ਹੁਣ ਦੋਨੋਂ ਟੀਮਾਂ ਦੇ, ਤੇ ਜਿਹੜੇ ਅੰਦਰ ਵੀ ਬੈਠੇ ਆ ਨਾ ਵੀਰੇ, ਇਹ ਤੁਸੀਂ ਲਾਈਨ ਤੋਂ ਪਿੱਛੇ ਰਹੋ ਤੇ ਬਹੁਤ ਵਧੀਆ ਗੱਲ ਆ, ਬਸ ਇੰਨਾ ਕੁ ਫਾਸਲਾ ਛੱਡੀ ਰੱਖਿਓ, ਇੰਨਾ ਕੁ ਠੀਕ ਹੈ। ਲਓ ਕਹਿੰਦੇ ਪਹਿਲੀ ਕਬੱਡੀ ਪੈ ਗਈ ਆ ਪਹਿਲੇ ਮੈਚ ਦੀ, ਇਹ ਨੌਜਵਾਨ ਕਹਿੰਦੇ ਰਾਈਏ ਦੇ ਇਲਾਕੇ ਦਾ, ਬਿਆਸ ਦੇ ਇਲਾਕੇ ਦਾ, ਇਹ ਕਹਿੰਦੇ ਨੌਜਵਾਨ ਭੂਰੀਆ ਬੂਲੇ ਨੰਗਲ ਪਿੰਡ ਹੈ, ਇਹ ਪਹਿਲੀ ਕਬੱਡੀ ਪਾ ਰਿਹਾ ਖੇਡ ਕਿਦਾਂ ਗਰਾਊਂਡ ਦੇ ਵਿੱਚ। ਉੱਧਰ ਕਹਿੰਦੇ ਗੁਲਜ਼ਾਰੀ ਦਾ ਸੁੰਦਰ ਪਿੰਡ ਹੈ, ਜ਼ੋਰ ਤੇ ਲੱਗੇਗਾ ਮੇਰੇ ਮਿੱਤਰੋ, ਅੱਜ ਤਾਕਤ ਅੱਜ ਜ਼ੋਰ ਅੱਜ ਪਰਖੇ ਜਾਣਗੇ, ਇਹ ਵੱਡੀ ਧਰਤੀ ਆ। ਟਿੱਬੇ ਦੇ ਨੇੜੇ ਕਹਿੰਦੇ ਕੋਲਿਆਂ ਵਾਲੀ ਪਿੰਡ ਹੈ ਮੁੰਡੇ ਦਾ। ਇੱਕ ਬੇਨਤੀ ਆ ਜਿਹੜੇ ਸੁਪੇਰ ਨੇ, ਮੈਂ ਸੁਪੇਰ ਵੀ ਆਖਾਂਗਾ ਕਿਉਂਕਿ ਤੁਸੀਂ ਬਹੁਤ ਜ਼ਿੰਮੇਵਾਰ ਹੋ, ਇੱਕ ਵੱਡੀ ਦੇਣ ਤੁਹਾਡੇ, ਪਰ ਬਿਨਾਂ ਗੱਲ ਤੋਂ ਗਰਾਊਂਡ ਦੇ ਵਿੱਚ ਨਹੀਂ ਚੰਗੇ ਲੱਗਦੇ, ਥੋੜ੍ਹਾ ਥੋੜ੍ਹਾ ਆਪਣੇ ਆਪ ਨੂੰ ਥੋੜ੍ਹਾ ਥੋੜ੍ਹਾ ਪਿੱਛੇ ਕਰ ਲਓ। ਉੱਧਰ ਕਹਿੰਦੇ ਟਿੱਬੇ ਪਿੰਡ ਦਾ ਬੰਟੀ ਇਸ ਵੇਲੇ ਨੌਜਵਾਨ ਤਿਆਰ ਬਰ ਤਿਆਰ ਹੈ, ਮੈਂ ਗੱਗੀ ਨੂੰ ਆਖਾਂਗਾ, ਗੱਗੀ ਕਾਰੋ ਸਿਫਤ ਮੁੰਡੇ ਨੇ, ਟਿੱਬੇ ਪਿੰਡ ਦਾ ਬੰਟੀ ਤਿਆਰ ਹੈ। 2018 ਦੇ ਮੇਰੇ ਵੀਰੋ ਟੋਰਾਂਟੋ ਦੇ ਕਬੱਡੀ ਕੱਪ ਦਾ ਇਹ ਬੈਸਟ ਧਾਵੀ ਹੈ, ਜੱਦੀ ਪਿੰਡ ਅਮਰੀਕ ਨੇ ਦੱਸਿਆ ਵੀ ਕੋਲਿਆਂ ਵਾਲੀ ਹੈ, ਪਰ ਇਹ ਟਿੱਬੇ ਦੇ ਲਈ ਖੇਡਦਾ ਖੇਡਦਾ ਟਿੱਬਿਆਂ ਨੂੰ ਵੀ ਮਸ਼ਹੂਰ ਕਰ ਗਿਆ। ਪੰਜਾਬ ਦੇ ਵਿੱਚ 5 ਟਿੱਬਾ ਪਿੰਡ ਹੈ, ਪਰ ਇਹਦਾ ਸੁਲਤਾਨਪੁਰ ਲੋਧੀ ਦੇ ਕੋਲ ਇਹ ਜਿਹੜਾ ਨੇ ਮਸ਼ਹੂਰ ਕੀਤਾ ਹੈ। ਟਿੱਬੇ ਵਾਲਾ ਬੰਟੀ ਬਾਰਮਾ ਹੋ ਰਿਹਾ, ਵਾਧੂ ਵੀਰਾਂ ਨੂੰ ਬੇਨਤੀ ਹੈ ਵੀ ਕਿਰਪਾ ਕਰਕੇ ਉਹ ਬੈਠ ਜਾਣ ਤੇ ਗੱਲ ਵਧੀਆ, ਜੇ ਨਹੀਂ ਬੈਠੋਗੇ ਫਿਰ ਗੱਲ ਵਧੀਆ ਨਹੀਂ। ਮੇਰੀ ਬੇਨਤੀ ਹੈ ਜਿਹੜੇ ਗਰਾਊਂਡ ਦੇ ਵਿੱਚ, ਹੁਣ ਕੀ ਦੇਰੀ ਹੈ ਜੀ, ਟਾਈਮਰ ਟਾਈਮਰ ਹੈ ਨੀ ਗਾ, ਲੀਡ ਲਿਆ ਕੇ ਦਿਓ ਜੀ ਟਾਈਮ ਵਾਲੇ ਵੀਰ ਨੂੰ, ਹੂਟਰ ਚੱਲਦਾ ਨੀ। ਅੱਛਾ ਚੱਲਦਾ ਪਰ ਉਹਦੀ ਲੀਡ ਹੈ ਨੀ ਗੀ, ਆ ਤਾਰ ਹੈ ਨੀ ਗੀ ਜੀ। ਉੱਦਾਂ ਇੰਦਰਪਾਲ ਜੀ ਕਿਸੇ ਕੋਲ ਵਾਚ ਹੈਗੀ ਹੈ ਜਾਂ ਨਹੀਂ, ਉੱਥੇ ਕੋਈ ਖੜਾ, ਉਨੇ ਟਾਈਮ ਚ ਆ ਜਾਂਦੀ। ਆਪਾਂ ਮੈਚ ਸਟਾਰਟ ਰੱਖੀਏ ਕਿਉਂਕਿ ਪਹਿਲਾਂ ਹੀ ਦੇਰੀ ਦੇ ਨਾਲ ਸ਼ੁਰੂ ਹੋਇਆ। ਟਿੱਬੇ ਦਾ ਬੰਟੀ ਕਬੱਡੀ ਪਾਉਣ ਦੇ ਲਈ ਤਿਆਰ ਹੈ, ਚਾਰ ਨੇ ਪਰਲੀ ਕੰਨੀ ਤੇ ਭਿੰਡਰਾਂ ਪਿੰਡ ਦਾ ਸੁੱਖਾ ਲੱਗਿਆ ਹੋਇਆ, ਨਾਲ ਦੀਪਗੜ੍ਹ ਪਿੰਡ ਦਾ ਨੰਨੂ ਹੈ, ਤੇ ਆ ਇੱਕ ਕਮਾਲਪੁਰੇ ਦਾ ਦਵਿੰਦਰ ਸਿੰਘ ਲੁਧਿਆਣੇ ਜ਼ਿਲ੍ਹੇ ਵਾਲਾ। ਆਹ ਜਾਂਦੇ ਨੂੰ ਟੁੱਟ ਕੇ ਪੈ ਗਿਆ ਬੱਗੀ, ਤਿੱਤਰੀ ਕਮਾਦੋ ਨਿਕਲੀ, ਉੱਡਦੀ ਨੂੰ ਬਾਜ ਪੈ ਗਿਆ, ਕਮਾਲ ਦਾ ਜੱਫਾ, ਕਮਾਲ ਦਾ ਜੱਫਾ, ਕਮਾਲ ਦਾ ਜੱਫਾ, ਦਵਿੰਦਰ ਕਮਾਲਪੁਰੀਏ ਦਾ ਕਮਾਲ ਦਾ ਜੱਫਾ, ਬੰਟੀ ਟਿੱਬੇ ਵਾਲੇ ਨੂੰ, ਬੰਟੀ ਟਿੱਬੇ ਵਾਲੇ ਨੂੰ, ਕਮਾਲ 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 ਕਮਾਲ। ਪੱਕੀ ਹੈ ਜਾਣ, ਜਿਵੇਂ ਮਰਜ਼ੀ ਆਉਣੀ ਆਈ ਹੈ, ਜਿਵੇਂ ਆ ਆਇਆ ਹੁਣ, ਇਹ ਸਾਰੇ ਗੋਡੇ ਤੇ ਹੀ ਆਉਣੇ ਆ, ਸਾਰੇ ਮੂਧੇ ਪੈ ਪੈ ਕੇ ਆਉਣੇ ਆ, ਅੱਜ ਸਾਰਾ ਦਿਨ ਕੌਡੀ ਦਾ ਗਿੱਧਾ ਹੀ ਪੈਣਾ ਹੈ। ਲਓ ਸਾਹਮਣੇ ਕਹਿੰਦੇ ਹਰਜੋਤ ਭੰਡਾਰ, ਇਹ ਕਹਿੰਦੇ ਜ਼ਿਲ੍ਹੇ ਕਪੂਰਥਲੇ ਦੇ ਭੰਡਾਰ ਦੋਨੇ ਪਿੰਡ ਦਾ, ਇਹ ਕਹਿੰਦੇ ਹਰਜੋਤ ਕਬੱਡੀ ਪਾ ਰਿਹਾ, ਪੱਕੇ ਤੌਰ ਤੇ ਕਹਿੰਦੇ ਕਨੇਡਾ ਦੇ ਵਿੱਚ ਰਹਿੰਦਾ ਹੈ। ਇਹਦੀ ਫੋਟੋ ਮੈਂ ਪਰਸੋਂ ਦੇਖੀ ਹੈ, ਅੰਮ੍ਰਿਤਸਰ ਦੇ ਏਅਰਪੋਰਟ ਤੇ ਲੱਗੀ ਹੈ, ਕਾਹਤੋਂ ਲੱਗੀ ਹੈ, ਜਿਹੜੇ ਬਲ ਦੇ ਮੇਲੇ ਨੂੰ ਹਾਰ ਲੈ ਜਿੱਤਿਆ, ਉਹ ਸਾਹਮਣੇ ਰਿਡਾ ਪੈਂਦੀਆਂ, ਜੱਫੇ ਲੱਗਦੇ ਮੇਰੇ ਮਿੱਤਰੋ, ਕਬੱਡੀ 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 ਕਬੱਡੀ। ਮੈਂ ਪਹਿਲਾਂ ਕਹਿ ਕੇ ਹਟਿਆ ਵੀ ਜਾਣ ਜਿਵੇਂ ਮਰਜ਼ੀ ਆਉਣੇ ਕੂੜੀਆਂ ਪਈ ਆ, ਆਹ ਟੋਰਾਂਟੋ ਦੇ ਵਰਲਡ ਕੱਪ ਦਾ ਬੈਸਟ ਆ, ਟੋਰਾਂਟੋ ਦੇ ਵਰਲਡ ਕੱਪ ਦਾ ਬੈਸਟ ਆ, ਜਿਹਦੇ ਡੌਲੇ ਤੇ ਬੰਨਿਆ ਹੋਇਆ ਤਵੀਤ ਆ ਮੇਰੇ ਵੀਰੋ, ਜਿਹਦੇ ਡੌਲੇ ਤੇ ਬੰਨੇ ਹੋਏ ਦੋਨੋਂ ਪਾਸੇ ਤਵੀਤ ਆ। ਇਹ ਕੈਥਲ ਦੇ ਇਲਾਕੇ ਦਾ ਗੁਜਰਾਂ ਦਾ ਮੁੰਡਾ ਰਵੀ ਦਿਓਰੀ ਵਾਲਾ ਕਬੱਡੀ ਪਾ ਰਿਹਾ, ਤੇ ਚੌਲ ਚਾਫੀਆਂ ਦੇ ਵਿੱਚੋਂ ਸ਼ੂਸ਼ਕ ਦਾ ਫੁੱਲ ਆ, ਸ਼ੂਸ਼ਕ ਦਾ ਫੁੱਲ ਆ ਮੇਰੇ ਵੀਰੋ। ਪਰ ਪੁਆਇੰਟ ਜਿਹੜਾ ਜਾਫੀ ਦਾ ਇੰਦਰਪਾਲ ਜੀ, ਪੁਆਇੰਟ ਜਾਫੀ ਦਾ, ਪੁਆਇੰਟ ਜਿਹੜਾ ਜਾਫੀ ਦਾ, ਇੰਦਰਪਾਲ ਆਇਆ ਹੋਇਆ ਬਜਵਿਆਂ ਵਾਲਾ, ਇਹਦਾ ਲੋਪੋ ਕੇ ਪਿੰਡ ਹੈ, ਅੰਮ੍ਰਿਤਸਰ ਸਾਹਿਬ ਦੀ ਧਰਤੀ ਆ ਅਮਰੀਕ ਖੋਸਿਆਂ ਵਾਲਿਆ। ਸਾਹਮਣੇ ਕਹਿੰਦੇ ਨੌਜਵਾਨ ਅੰਮ੍ਰਿਤਸਰੀ ਆ, ਪਰ ਚਾਰ ਕਹਿੰਦੇ ਪਿਆਰ ਵਰ ਪਿਆਰ ਨੇ, ਆਹ
ਸ਼ੀਲੂ ਸ਼ੀਲੂ ਇਹ ਵੱਡੇ ਨਾਮ ਨੇ ਆ ਕਹਿੰਦੇ ਤਾਰੀ ਬਾਰਡਰ ਦੇ ਇਲਾਕੇ ਦਾ ਪਰ ਨੰਬਰ ਜਿਹੜਾ ਇਸ ਵੇਲੇ ਵਾਹਿਗੁਰੂ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਪਹਿਲਾ ਮੈਚ ਦੇ ਪਹਿਲਾਂ ਹੀ ਚੋਟੀ ਰਾਂ ਉਹ ਬੇਨਤੀ ਆ ਜੇ ਅੱਜ ਘਰ ਦਾ ਮੇਲਾ ਅੱਜ ਘਰ ਦਾ ਮੇਲਾ ਬਿੰਦੂ ਹੋਣੀ ਵੀਰ ਨੇ ਉਹ ਸਭ ਦੇ ਲਈ ਦੁਆਵਾਂ ਨੇ ਆ ਕਹਿੰਦੇ ਨੌਜਵਾਨ ਜ਼ਿਲ੍ਹੇ ਜਲੰਧਰ ਦੇ ਨੇੜੇ ਚੱਲ ਕੇ ਆਇਆ ਇਹ ਕਹਿੰਦੇ ਪਟਾਰੇ ਪਿੰਡ ਦਾ ਪਿੰਨੀ ਪਰ ਕਹਿੰਦੇ ਇਸ ਵੇਲੇ ਉਧਰ ਦੀਪ ਗੱਡੀਆਂ ਨੰਨੂ ਬੱਲੇ ਬੱਲੇ ਕਰਵਾ ਗਿਆ ਥਾਪੀਆਂ ਦੇ ਵੱਜਣਗੀਆਂ ਰੌਲਾ ਗੋਲਾ ਦੇ ਜ਼ਰੂਰੀ ਆ ਇਹ ਦੁਨੀਆਂ ਤੇ ਆਏ ਆ ਉਹ ਗੁੰਮਨਾਮ ਥੋੜੀ ਜਾਵਾਂਗੇ ਉਹ ਜਿੰਨਾ ਚਿਰ ਜਿਉਣੇ ਆ ਪੜਾਕੇ ਤਾਂ ਪੈਣਗੇ ਉਹ ਜਿੰਨਾ ਚਿਰ ਜਿਉਣੇ ਆ ਪੜਾਕੇ ਤਾਂ ਪੈਣਗੇ ਆ ਕਹਿੰਦੇ ਸ਼ੀਲੂ ਦੇ ਦੂਜੇ ਪਾਸੇ ਉਹ ਭੂਰੀ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਲੱਗਦਾ ਜੋਰ ਕੱਲੀ ਕੱਲੀ ਕਬੱਡੀ ਦੇ ਕਿ ਵਿੱਚ ਗਹਿਰੇ ਝੱਲਾਂ ਦੇ ਕਹਿੰਦੇ ਸ਼ੇਰ ਨਹੀਂ ਰਹਿੰਦੇ ਬੁੱਝੇ ਕੌਣ ਥੱਲੇ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਕੁੱਝੇ ਉਹ ਲੱਗਦਾ ਜੋਰ ਆਉਣੇ ਆਈ ਪੁਆਇੰਟ ਧਾਵੀ ਰਹਿ ਪੁਆਇੰਟ ਧਾਵੀ ਰਹਿ ਉਹ ਸ਼ਬਦਾਂ ਆਰੇ ਜੇ ਨਜ਼ਾਰਾ ਦਾ ਤਾੜੀਆਂ ਤੁੜੀਆਂ ਬਾਰੇ ਕੀ ਖਿਆਲ ਸਵਾਲ ਮੇਰੇ ਵੀਰੋ ਪਹਿਲੇ ਮੈਚ ਦਾ ਹੀ ਐਨ ਠੱਠ ਵੱਜਿਆ ਪਿਆ ਰਵੀ ਦੀ ਕਬੱਡੀ 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 ਖੁੱਚ ਕੱਢ ਕੇ ਚੋਬਰ ਨੇ ਬਾਹਰ ਸੁੱਟਿਆ ਦੁਨੀਆ ਇਹ ਨੰਨੂ ਆਖਦੀ ਇਹ ਦੀਪਗੜੀਆ ਨੰਨੂ ਹੈ ਇੰਦਰਪਾਲ ਨੇ ਇਸ਼ਾਰਾ ਕੀਤਾ ਵੀ ਪੁਆਇੰਟ ਜਿਹੜਾ ਧਾਵੀ ਦਾ ਪੁਆਇੰਟ ਜਿਹੜਾ ਧਾਵੀ ਦਾ ਧਾਵੀ ਕਹਿੰਦਾ ਉੱਡ ਉੱਡ ਪਾਊਗਾ ਕਬੱਡੀਆਂ ਹਿੱਕਾਂ ਲੱਤਾਂ ਬਾਹਾਂ ਵਿੱਚ ਤਾਕਤਾਂ ਨੇ ਵੱਡੀਆਂ ਹਰਜੋਤ ਕਬੱਡੀ ਪਾ ਰਿਹਾ ਇਹਦਾ ਪੰਡਾਲ ਦੋਨਾਂ ਪਿੰਡ ਹੈ ਆਓ ਜੂੜੇ ਤੇ ਬੰਨਿਆ ਚਿੱਟਾ ਰੁਮਾਲ ਤੇ ਕਰਦਾ ਕਮਾਲ ਇਹ ਹੈ ਜਲੰਧਰ ਵਾਲਾ ਕਿ ਕਾਹਦਾ ਹੋਇਆ ਪਰਦੇਸੀ ਚੰਨ ਵਰ ਗਿਆ ਹਾਣਦੇ ਹੈ ਸਾਰਾ ਜ਼ਿਲ੍ਹਾ ਜਲੰਧਰ ਸੋਨਾ ਕਰ ਗਿਆ ਹਾਣਦੇ ਹੈ ਇਹਦਾ ਜਲੰਧਰ ਦੇ ਕੋਲ ਪਤਾਰਾ ਪਿੰਡ ਹੈ ਜਿਹੜਾ ਟੈਟੂ ਜਲਾਲਪੁਰੀਏ ਪਾਲੇ ਦੇ ਆ ਉਹੋ ਜਿਹੇ ਅੰਦਾਜ਼ ਵਾਲਾ ਟੈਟੂ ਇਹਦੇ ਹੈ ਪਰ ਇਹ ਅਮਰੀਕ ਬੰਤ ਭਿੰਡਰ ਦਾ ਪਿੰਡ ਹੋਇਆ ਸੁੱਖਾ ਨੌਜਵਾਨ ਕਰਦੇ ਗੱਲ ਚੋਬਰਾ ਨਿਰਮਲ ਸਿੰਘ ਲੋਪੋਗੇ ਵਾਲਾ ਆ ਗਿਆ ਆਓ ਸਾਹਮਣੇ ਕਹਿੰਦੇ ਤਾਰੀ ਬਾਰਡਰ ਦੇ ਬਾਰਡਰ ਦਾ ਖਿਡਾਰੀ ਹੈ ਉਹੀ ਟੈਟੂ ਮੈਨੂੰ ਲੱਗਦਾ ਇਹਨੇ ਬਣਿਆ ਜਿਹੜਾ ਪਾਲੇ ਨੇ ਬਣਾਇਆ ਆਹ ਜਿਹੜਾ ਕਹਿੰਦੇ ਲੋਪੋ ਕਹਿੰਦੇ ਨਿਰਮਲ ਨੇ ਬਣਾਇਆ ਜਿਹੜਾ ਕਹਿੰਦੇ ਰੈਂਡੀ ਆਟਨ ਦੇ ਪ੍ਰੇਮਰ ਕਹਿੰਦੇ ਇਸ ਵੇਲੇ ਆਹ ਗੁਲਜ਼ਾਰੀ ਨੌਜਵਾਨ ਸੁੰਦਰਾ ਵਾਲਾ ਇਸ ਵੇਲੇ ਟਰਾਈ ਕਰਦਾ ਡੱਕ ਲੈਣ ਦੇ ਪਰ ਲੋਪੋ ਕਹਿੰਦਾ ਨਿਰਮਲ ਇੱਕ ਤਕੜਾ ਨੰਬਰ ਜੋੜਦਾ ਹੋਇਆ ਟਿੱਬਾ ਪਿੰਡ ਹੈ ਨੌਜਵਾਨ ਦਾ ਪਰ ਇਹਦਾ ਜਨਮ ਕਹਿੰਦੇ ਕੋਲਿਆਂ ਵਾਲ ਪਿੰਡ ਦੇ ਵਿੱਚ ਹੋਇਆ ਕਿਉਂਕਿ ਕੋਲਿਆਂ ਵਾਲ ਪਿੰਡ ਦੇ ਵਿੱਚ ਗਰਾਊਂਡ ਛੋਟੀ ਹੋਣੀ ਆ ਜਾਂ ਗਰਾਊਂਡ ਨਹੀਂ ਹੋਣੀ ਇਹ ਟਿੱਬੇ ਦੇ ਵਿੱਚ ਖੇਡਦਾ ਖੇਡਦਾ ਇਹ ਬੰਟੀ ਟਿੱਬੇ ਵਾਲਾ ਬਣ ਗਿਆ ਇਹਦਾ ਬਾਪੂ ਕਹਿੰਦੇ ਪਿੰਡ ਦਾ ਸਰਪੰਚ ਹੈ ਉਹ ਸਰਪੰਚਾਂ ਦਾ ਮੁੰਡਾ ਬੰਟੀ ਟਿੱਬੇ ਪਿੰਡ ਦਾ ਇੱਕ ਸ਼ਾਨਦਾਰ ਅੰਕ ਦਾ ਵਾਧਾ ਕਰ ਗਿਆ ਉੱਧਰ ਕਹਿੰਦੇ ਕਬੱਡੀ ਆਸਟ੍ਰੇਲੀਆ ਨਾਲ ਕਬੱਡੀ ਜੰਕਸ਼ਨ ਇਹ ਵੱਡੀਆਂ ਦੇ ਬਸੇਡਾਂ ਨੇ ਬਹੁਤ ਉੱਪਰ ਚੁੱਕਿਆ ਇਹਨਾਂ ਨੇ ਕਹਿੰਦੇ ਆਸਟ੍ਰੇਲੀਆ ਦੀ ਕਬੱਡੀ ਨੂੰ ਆਹ ਦਿਲੋਂ ਧੰਨਵਾਦ ਆ ਗੋਗੋਵਾੜੀ ਪਿੰਡ ਦੇ ਬਰਾੜਾ ਦੇ ਮੁੰਡੇ ਮਨੀ ਦਾ ਤੇ ਨਾਲ ਕਹਿੰਦੇ ਘੋੜੀਆ ਪਿੰਡ ਆ ਸਾਡੇ ਸੁੱਖ ਦਾ ਉਹ ਦਿਲੋਂ ਦਿਲਾਵਾਂ ਵੀਰਾਂ ਦੇ ਲਈ ਆ ਜੋ ਜੋ ਮਿਹਨਤ ਕਰਦਾ ਬਰੇਬਰ ਕਹਿੰਦੇ ਆਈ ਉੱਤੇ ਆਇਆ ਘੱਟ ਕੀ ਇਹ ਕਿਵੇਂ ਫੌਜੀ ਹੈ ਸ਼ਿਵੋ ਮਾਜਰੇ ਵਾਲਾ ਲੈਦੀ ਗੱਗੀ ਦੇਖ ਸਾਹਮਣੇ ਪਾਰੇ ਵਾਲਾ ਪਿੰਨੀ ਕਬੱਡੀ ਪਾ ਰਿਹਾ ਦੂਜੇ ਪਾਸੇ ਸ਼ੂਸ਼ਕ ਦਾ ਫੁੱਲ ਆ ਜਿਹਨੇ ਹੁਣ ਗੁੱਟ ਫੜਿਆ ਹੋਇਆ ਮੇਰੇ ਵੀਰੋ ਦੂਜੇ ਪਾਸੇ ਪਤਾਰੇ ਦਾ ਪਿੰਨੀ ਆ ਲੱਗਿਆ ਪਿਆ ਜ਼ੋਰ ਮੈਨੂੰ ਲੱਗਦਾ ਵੀ ਇੱਥੋਂ ਨਿਕਲਣਾ ਮੁਸ਼ਕਲ ਆ ਪਰ ਭੱਜੀ ਜਾਂਦੇ ਆ ਧਾਵੀ ਫੜੇ ਤੇ ਫੜਾਏ ਹੱਥ ਜਿੰਨੇ ਮਰਜ਼ੀ ਪੱਕੇ ਹੁਣ ਜਾਫੀਆਂ ਨੇ ਪਾਏ ਭਿੜਦੀਆਂ ਹਿੱਕਾਂ ਤੇ ਪੱਟਾਂ ਦੀ ਹੁੰਦੀ ਖੇਹ ਬਾਜੀ ਮੌਕੇ ਵਾਲੀ ਦੀ ਹੈ ਲੋਕੋ ਬੱਲੇ ਬੱਲੇ ਕੌਡੀ ਖੇਡ ਹੈ ਤਿਲਕਣਬਾਜੀ ਦੀ ਖੇਡ ਹੈ ਇੱਕ ਪਾਸੇ ਟੀਮ ਮੇਰੇ ਵੀਰੋ ਡ੍ਰੀਮਲੈਂਡ ਵਾਲੇ ਰਮਦੀਪ ਤੇ ਰਣਦੀਪ ਹੁਣਾਂ ਦੀ ਹੈ ਸਾਹਿਬ ਟਰਾਂਸਪੋਰਟ ਦਾ ਵੱਡਾ ਯੋਗਦਾਨ ਹੈ ਗਾਲਬ ਦੇ ਬੱਬੂ ਹੁਣਾਂ ਦੀ ਟੀਮ ਹੈ ਜਟਾਣੇ ਦਾ ਜਿੰਮੀ ਹੈ ਆਓ ਮੇਰੇ ਵੀਰੋ ਦੂਜੇ ਪਾਸੇ ਸ਼ੀਲੂ ਹੈ ਇੱਕ ਪਾਸੇ ਲੋਪੋਗੇ ਵਾਲਾ ਨਿਰਮਲ ਹੈ ਟੱਕਰ ਵੱਡੀ ਹੈ ਸ਼ੈਪਟਨ ਦਾ ਗਰਾਊਂਡ ਹੈ ਡੀ ਦੇ ਦਰਮਿਆਨ ਚੱਲਦਾ ਹੋਇਆ ਮੁਕਾਬਲਾ
ਜਾਫੀ ਦਾ, ਪੁਆਇੰਟ ਜਾਫੀ ਦਾ, ਅਵਤਾਰ ਬਾਈ ਹੁਣਾਂ ਦਾ ਵੱਡਾ ਯੋਗਦਾਨ ਬਿੱਟੂ ਦਗਾਲ ਦੀ ਟੀਮ ਦੇ ਲਈ, ਤੇ ਨਾਲ ਮੇਰੇ ਵੀਰ ਚੀਮੇ ਹੁਣਾਂ ਦਾ, ਵਿਸ਼ਾਲ ਸਾਡੇ ਵੀਰ ਦਾ, ਪਿੰਦੂ ਮੁਬਾਰਕਪੁਰੀ ਆ, ਰੋਬੀ ਸੇਠੀ ਰੱਤੇ ਵਾਲੀ ਆ, ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਆ, ਨਾਲ ਗਾਲਬ ਦਾ ਮੰਨਾ ਮੇਰੇ ਵੀਰ ਜੋਗੀ ਵਰਗਿਆਂ ਦਾ। ਦੂਜੇ ਪਾਸੇ ਸਿਡਨੀ ਦੀ ਟੀਮ ਸੰਦੀਪ ਮਲਹੋਤਰੇ ਹੁਣਾਂ ਦੀ, ਰਿੰਟੂ ਪਤਾਰੇ ਦਾ ਧੰਨਵਾਦ ਹੈ, ਨਾਲ ਪਿੰਦੂ ਲਤਾਰੇ ਦਾ, ਜੈ ਮੈਡਲੇ ਦਾ ਵੱਡਾ ਯੋਗਦਾਨ ਹੈ, ਖਰਲ ਹੁਣਾਂ ਦਾ ਬਹੁਤ ਵੱਡਾ ਯੋਗਦਾਨ ਹੈ, ਤੇ ਰਿੰਟੂ ਕਹਿੰਦਾ ਵੀ ਤਾਰੀ ਤਰੰਗੇ ਵਾਲੇ ਦਾ ਤੇ ਸੁੱਖੇ ਸ਼ੋਕਰ ਦਾ ਵੀ ਬਹੁਤ ਵੱਡਾ ਧੰਨਵਾਦ ਹੈ। ਅਮਰੀਕ ਕਬੱਡੀ ਤੇ ਤਾਰੀ ਦਾ ਚਹੇਤਾ ਟਿੱਬੇ ਵਾਲਾ ਬੰਟੀ ਆ ਗਿਆ ਉਹ ਸਾਹਮਣੇ, ਕਹਿੰਦੇ ਬੰਟੀ ਆ ਗਿਆ ਟਿੱਬੇ ਵਾਲਾ ਨੌਜਵਾਨ, ਤਾਰੀ ਦਾ ਚਹੇਤਾ, ਤਾਰੀ ਦਾ ਕਹਿੰਦੇ ਪਿੰਡ ਤਰੰਗਾ ਹੈ, ਉਹ ਕਹਿੰਦੇ ਧਰਤੀ ਨਿਊਜ਼ੀਲੈਂਡ ਦੀ, ਪਰ ਇੱਧਰ ਕਹਿੰਦੇ ਨੌਜਵਾਨ ਬੰਟੀ ਟਿੱਬੇ ਵਾਲਾ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ, ਬਟ ਉਹਦੇ ਥਾਪੀਆਂ ਵੱਜਦੀਆਂ ਨੇ, ਹਰ ਕੋਈ ਜਿੱਤਣ ਨੂੰ ਫਿਰਦਾ ਆਹ ਮੇਲਾ, ਕਿਉਂਕਿ ਆਹ ਮੇਲੇ ਦਾ ਦੁਨੀਆਂ ਨੂੰ ਇੰਤਜ਼ਾਰ ਸੀਗਾ। 20 ਅਪ੍ਰੈਲ ਕੰਨਾਂ ਲਈ ਮਸਾਂ ਹੀ ਆਈ ਆ, ਬੰਟੀ ਅੱਜ ਕਹਿਣ ਨੂੰ ਜੀ ਕਰਦਾ ਕਿ ਢਿੱਲੇ ਪੈ ਗਿਆ ਗਾਂਧੀ ਦੇ ਮਨ ਕੇ, ਤੇ ਬੱਸ ਪੈ ਗਏ ਅਰਬਾਂ ਦੇ, ਉਹ ਢਿੱਲੇ ਪੈ ਗਿਆ ਗਾਂਧੀ ਦੇ ਮਨ ਕੇ, ਤੇ ਬੱਸ ਪੈ ਗਏ ਅਰਬਾਂ ਦੇ, ਉਹ ਕਹਿੰਦੇ ਹਰਜੋਤ ਭੰਡਾਲ ਅਗਲੀ ਕਬੱਡੀ ਪਾਉਣ ਦੇ ਲਈ ਤਿਆਰ ਬਰ ਪਿਆਰ ਹੈ। ਇੱਧਰ ਕਹਿੰਦੇ ਰਿੱਕੀ ਰਟੌਲ ਇੱਕ ਨੇਕ ਦਿਲ ਇਨਸਾਨ ਹੈ, ਰਟੌਲ ਪਿੰਡ ਹੈ ਮੇਰੇ ਮਿੱਤਰੋ, ਉਹ ਦਿਲੋਂ ਦੁਆਵਾਂ ਨੇ ਭਰਾਵਾਂ ਦੇ ਲਈ, ਉਹ ਬੈਠਾ ਕਹਿੰਦੇ ਪਿੰਡਾ ਖਹਿਰਾ, ਉਹ ਧਰਤੀ ਖਡੂਰ ਸਾਹਿਬ ਦੀ, ਪਰ ਇੱਧਰ ਕਬੱਡੀ ਕਬੱਡੀ ਸਵਾਦ ਹੈ ਮੇਰੇ ਵੀਰੋ, ਕਬੱਡੀ ਦਾ ਨਜ਼ਾਰਾ ਹੀ ਆਇਆ ਪਿਆ, ਕਬੱਡੀ ਦਾ ਸਵਾਦ ਹੀ ਆਇਆ ਪਿਆ, ਇਹਨ ਲੋਕ ਦੇਖ ਰਹੇ ਆ, ਸਿੰਘ ਸਪੋਰਟਸ ਕਲੱਬ ਦਾ ਮੇਰੇ ਵੀਰੋ ਮੇਲਾ, ਸਿੰਘ ਸਪੋਰਟਸ ਕਲੱਬ ਹੀ ਹੈ ਨਾ ਆਪਣੀ, ਸਿੰਘ ਸਪੋਰਟਸ ਕਲੱਬ ਦਾ ਸ਼ਿਫਟਨ ਦਾ ਟੂਰਨਾਮੈਂਟ ਹੈ। ਸਭ ਤੋਂ ਗੱਲ ਅਮਰੀਕ ਚੰਗੀ ਇਹਨਾਂ ਦੀ ਇਹ ਲੱਗੀ, ਇਹ ਕਹਿੰਦੇ ਕਿਸੇ ਦਾ ਨਾਂ ਨਹੀਂ ਬੋਲਣਾ, ਬਸ ਕਲੱਬ ਦਾ ਨਾਂ ਬੋਲਿਓ, ਨਹੀਂ ਤੇ ਮੇਰੇ ਵੀਰੋ ਲਿਸਟ ਵੱਡੀ ਆ ਜਾਂਦੀ ਹੈ। ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ। ਨਵੇਂ ਸ਼ਹਿਰ ਦੇ ਵਿੱਚ ਮੇਰੇ ਵੀਰੋ ਫਾਂਬੜਾ ਪਿੰਡ ਹੈ ਜੋਗੇ ਦਾ, ਆਓ ਡੋਲੇ ਤੇ ਬਣਾਇਆ ਹੋਇਆ ਬੱਬਰ ਸ਼ੇਰ ਹੈ ਜੋਗੇ ਦੇ, ਲਓ ਕਬੱਡੀ ਮੈਦਾਨ ਦੇ ਵਿੱਚ ਵੱਧ ਕੇ ਪਾ ਦਿੱਤੀ ਹੈ, 4 ਨੇ, ਔਰਲੀ ਕੰਨੀ ਤੇ ਵਾਹਿਗੁਰੂ ਹੈ, ਪਰ ਇਹ ਗੁਲਜ਼ਾਰੀ ਹੈ, ਇੱਕ ਮੋਣਕਾਲਾ ਮਸ਼ਹੂਰ ਹੋਇਆ, ਇੱਕ ਇਹ ਗੁਲਜ਼ਾਰੀ ਹੈ। ਲਵਿੰਦਰਪਾਲ ਇਹ ਤੇਰੇ ਵੱਲੋਂ ਹੋਲਡ ਲਿਆ ਗਿਆ ਰਿਵਿਊ ਜਾਂ ਰੇਡਰ ਵੱਲੋਂ ਹੈ, ਇਹ ਰੈਫਰੀ ਦੇ ਵੱਲੋਂ ਆ ਜਾਂ ਪਿੰਨੀ, ਇਹ ਕਲੀਅਰ ਜ਼ਰੂਰ ਕਰ ਦਿਓ। ਇਹ ਇੰਦਰਪਾਲ ਨੇ ਰਿਵਿਊ ਦੇ ਵਿੱਚ ਲਿਆ ਵੀ ਮੇਰੇ ਵੱਲੋਂ ਜਿਹੜਾ ਪੁਆਇੰਟ ਇਹ ਰਿਵਿਊ ਤੇ ਹੈ, ਮੈਂ ਬਾਅਦ ਦੇ ਵਿੱਚ ਸੋਚ ਕੇ ਦੇਖ ਕੇ ਫੈਸਲਾ ਦੇਵਾਂਗਾ। ਥੱਬੇ ਥੱਬੇ ਦੇ ਪੱਟ ਹੈ ਅਮਰੀਕ, ਦੇਖ ਮੁੰਡਾ ਚਮਕਦਾ ਸਾਹਮਣੇ, ਕਹਿੰਦੇ ਮੁੰਡਾ ਚਮਕਦਾ ਰਵੀ ਬੋਹਰੇ ਵਾਲਾ, ਜਿਹੜੇ ਕਹਿੰਦੇ ਆਸਟ੍ਰੇਲੀਆ ਛੋੜਦੇ ਉਹ ਹਰ ਕੋਈ ਚਮਕਣ ਲੱਗ ਜਾਂਦਾ, ਇਹ ਧਰਤੀ ਏਦਾਂ ਦੀ ਮਿਹਨਤੀ ਏਦਾਂ ਦੀ ਕੀਤੀ ਸਾਡੇ ਭਰਾਵਾਂ ਨੇ, ਉਹ ਕਿੱਥੋਂ ਉੱਠ ਕੇ ਉਹ ਕਿੱਥੇ ਆ ਕੇ ਵੱਡੇ ਵੱਡੇ ਕਹਿੰਦੇ ਬਿਜ਼ਨਸ ਖੜੇ ਕਰਨੇ ਆ, ਪੰਜਾਬੀ ਜਿੱਧਰ ਨੂੰ ਜਾਂਦੇ ਉਹ ਪਤਾ ਲੱਗਦਾ ਹੈ, ਪਰ ਇੱਧਰ ਕਹਿੰਦੇ ਨੌਜਵਾਨ ਫਿਰ ਅੰਮ੍ਰਿਤਸਰ ਸਾਹਿਬ ਦੀ ਉਹ ਪਾਵਣ ਤੇ ਪਵਿੱਤਰ ਧਰਤੀ ਹੈ, ਨੌਜਵਾਨ ਕਹਿੰਦੇ ਕਬੱਡੀ ਪਾਉਣ ਦੇ ਲਈ ਵਧਿਆ, ਇਹਦਾ ਲੋਪੋ ਕੇ ਪਿੰਡ ਹੈ, ਅਟਾਰੀ ਬਾਰਡਰ ਤੋਂ ਚੱਲ ਕੇ ਆਇਆ, ਪਰ ਕਹਿੰਦੇ ਮੱਲੀ ਸਾਹਿਬ ਉਹ ਕਪੂਰਥਲੇ ਦੀ ਸ਼ਾਨ ਨੇ, ਕਹਿੰਦੇ ਨਡਾਰੇ ਦਾ ਪ੍ਰੀਤਾ ਹੋਇਆ, ਵੱਡੇ ਵੱਡੇ ਮੱਲ ਉਹ ਧਰਤੀ ਨੇ ਕਬੱਡੀ ਨੂੰ ਦਿੱਤੇ ਆ, ਪਰ ਕਹਿੰਦੇ ਟਿੱਬੇ ਵਾਲਾ ਫਿਰ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ, ਸਾਹਮਣੇ ਕਹਿੰਦੇ ਗੁਰਤੇਜ ਦਿਓਲ ਹੋਣੀ, ਗਿੰਦੀ ਹੋਣੀ, ਇੰਦਰ ਹੋਣੀ ਵੀਰ ਨੇ, ਔਰ ਸਾਰੇ ਭਰਾਵਾਂ ਦਾ ਧੰਨਵਾਦ, ਕਿਉਂਕਿ ਬਹੁਤ ਵੱਡਾ ਨਾਮ ਹੈ ਇਹ ਸਿੰਘ ਸਭਾ ਖੇਡ ਕਲੱਬ ਦਾ। ਸਾਰੇ ਵੀਰੋ ਪੇਜ ਨੂੰ ਫੋਲੋ ਕਰ ਲਓ, ਉੱਥੋਂ ਤਸਵੀਰਾਂ ਮਿਲ ਜਾਣਗੀਆਂ ਬਾਅਦ ਦੇ ਵਿੱਚ, ਜਦੋਂ ਜੀ ਕੀਤਾ ਲਾ ਕੇ ਚੜਾ ਦੇ ਵਾਹਿਗੁਰੂ ਹੈ ਜੱਫਾ। ਇਹ ਮੇਰੇ ਵੀਰੋ ਬਿੱਟੂ ਦਗਾਲ ਦੀ ਵੱਡੀ ਸਟੋਪ ਲਾਈਨ ਹੈ, ਜਿਹੜੀ ਕੁਝ ਵੀ ਕਰ ਸਕਦੀ ਹੈ,
ਜਿਹੜੀ ਅਮਰੀਕ ਕੁਝ ਵੀ ਕਰ ਸਕਦੀ ਹੈ। ਬੂਲੇ ਨੰਗਲ ਦਾ ਭੂਰੀ ਕਬੱਡੀ ਤੇ ਹੈ, ਮਾਝਾ ਇਲਾਕਾ ਬਾਬੇ ਬਕਾਲੇ ਦੀ ਧਰਤੀ ਹੈ, ਚਾਰ ਜਾਫੀ ਤਿਆਰ ਤੇ ਚਾਰਾਂ ਦੇ ਵਿੱਚੋਂ ਵਾਹਿਗੁਰੂ ਸੀਚੇ ਵਾਲੀ ਹੈ। ਦੁਨੀਆ ਗੱਲਾਂ ਕਰਦੀ ਹੈ ਵੀ ਮੁੰਡਾ ਪੱਟ ਤੇ ਬਾਹਲਾ ਸੋਹਣਾ ਫੜਦਾ ਹੈ, ਮੁੰਡਾ ਪੱਟ ਤੇ ਬਾਹਲਾ ਸੋਹਣਾ ਫੜਦਾ ਹੈ। ਲੋ ਕਬੱਡੀ ਤੇ ਪਤਾਰੇ ਵਾਲਾ ਆਹ ਪਿੰਨੀ ਆ ਗਿਆ, ਆਹ ਭਿੰਡਰਾਂ ਪਿੰਡ ਦਾ, ਇਹਦਾ ਮੋਗੇ ਜ਼ਿਲ੍ਹੇ ਦੇ ਵਿੱਚ ਭਿੰਡਰ ਪਿੰਡ ਆ ਜਿਹਦਾ ਸੁੱਖਾ ਨਾਮ ਹੈ। ਦੂਜੇ ਪਾਸੇ ਪਿੰਨੀ ਉੱਡ ਗਿਆ, ਉੱਡ ਗਿਆ ਪਿੰਨੀ ਤੇ ਮੇਰੇ ਵੀਰੋ ਹੱਥ ਲਾ ਕੇ ਉੱਡ ਗਿਆ। ਲਓ ਅਗਲੀ ਕਬੱਡੀ, ਹਰਜੋਤ ਪੰਡਾਲ ਦੋਨੇ ਵਾਲਾ ਕਬੱਡੀ ਪਾਉਣ ਦੇ ਲਈ ਤਿਆਰ ਹੈ ਕਿ ਚੀਤੇ ਵਾਂਗ ਝਪਟ ਵਿਰੋਧੀਆਂ ਤੇ ਪੈਨੇ ਆ। ਉਹ ਚੱਲੇ ਯਾਰ ਥਾਪੀ ਮਾਰ ਕਹਿੰਦੇ ਆ, ਰੋਕ ਲਵੇ ਜਿਹਦੇ ਡੌਲਿਆਂ ਪੱਟਾਂ ਦੇ ਵਿੱਚ ਜਾਣ ਅਮਰੀਕ, ਚਿੱਤ ਕਰ ਉੱਡ ਜਾਈਦਾ ਵੱਡੇ ਵੱਡੇ ਖੱਬੀ ਖਾਣ, ਚਿੱਤ ਘਰ ਉੱਡ ਜਾਈਦਾ ਵੱਡੇ ਵੱਡੇ ਖੱਬੀ ਖਾਣ। ਰਵੀ ਦੀ ਕਬੱਡੀ ਹੈ, ਆਹੋ ਸਾਹਮਣੇ ਕਹਿੰਦੇ ਰਵੀ ਦੀ ਕਬੱਡੀ ਪੈ ਰਹੀ ਹੈ। ਉਧਰ ਕਹਿੰਦੇ ਵੀ ਰਿੰਟੂ ਪਤਾਰਾ ਮਾਣ ਹੈ ਸਾਡੀ ਜ਼ਿੰਦਗੀ ਦਾ, ਇੱਕ ਵੱਡੀ ਖੇਡ ਕਲੱਬ ਹੈ, ਮੁੰਡੇ ਸੰਦੀਪ ਨੇ ਵੀ ਖੇਡ ਕਲੱਬ ਹੈ। ਕਿਤੇ ਗੱਲ ਕਹਿੰਦੇ ਅੰਬਰ ਵਰਗਿਆਂ ਦੀ ਚੱਲਦੀ, ਪਰ ਇੱਧਰ ਕਹਿੰਦੇ ਨੰਬਰ ਇਸ ਵੇਲੇ ਜਿੱਧਰ ਨੂੰ ਝੰਡਾ ਜਾਫੀ ਦਾ ਹੋਲਡ ਪੁਆਇੰਟ ਜਿਹੜਾ ਉਹ ਰੇਡਰ ਦਾ ਜੀ, ਨੋਟ ਕਰਿਓ, ਜਿਹੜਾ ਇੰਦਰਪਾਲ ਬਾਜਵਾ ਨੇ ਹੋਲਡ ਲਿਆ ਸੀ ਉਹ ਰੇਡਰ ਦਾ ਮੇਰੇ ਵੀਰੋ, ਬਹੁਤ ਬਹੁਤ ਧੰਨਵਾਦ। ਉੱਧਰ ਬੋਲਡ ਕੱਢਿਆ ਜਾ ਰਿਹਾ $25 'ਚ, $50 ਬਿੱਟੂ ਦਗਾਲ ਕਬੱਡੀ ਕਲੱਬ ਵਾਲੇ ਜਾਫੀ ਦੇ ਲਈ ਆਏ ਹੈ। ਅਜੇ ਚੌਧਰੀ ਵੱਲੋਂ ਲੈ ਵੀ ਅਜੇ ਬਾਅਦ ਦੇ ਵਿੱਚ ਸਿੱਧਾ ਹੀ ਫੜਾ ਦੀ। ਮੇਰੀ ਬੇਨਤੀ ਹੈ ਜੀ ਇੱਥੇ ਥੋੜ੍ਹਾ ਜਿਹਾ ਇਕੱਠ ਜੇ ਆਪਾਂ ਘੱਟ ਕਰ ਲਈਏ ਤਾਂ ਉਹ ਪਿੱਛੇ ਬੈਠੇ ਆ ਯਾਰ, ਉਹਨਾਂ ਨੂੰ ਵੀ ਦਿਸ ਜੂਗਾ, ਥੋੜ੍ਹਾ ਥੋੜ੍ਹਾ ਜਿਹਾ ਇੱਥੇ ਬੈਠ ਜਾਓ ਅਤੇ ਬਹੁਤ ਬਹੁਤ ਮਿਹਰਬਾਨੀ। ਸਿੰਘ ਸਪੋਰਟਸ ਕਲੱਬ ਦਾ ਮੇਲਾ ਚੱਲ ਰਿਹਾ ਹੈ, ਨਾਲ ਸਮੁੱਚੀ ਸ਼ੈਪਟਨ ਦੀ ਸੰਗਤ ਦਾ ਧੰਨਵਾਦ ਹੈ। ਤਰਲੋਕ ਮੱਲੀ ਨੇ 3 ਉਂਗਲਾਂ ਖੜੀਆਂ ਕੀਤੀਆਂ, ਇੱਕ ਨਾਲ ਦੱਸਿਆ ਵੀ ਪੁਆਇੰਟ ਉੱਧਰ ਹੈ ਤੇ ਅਮਰੀਕ ਦੋ ਨਾਲ ਦੱਸਿਆ ਵੀ ਦੋ ਨੇ ਪੈ ਗਏ ਆ, ਦੋ ਪੈ ਗਏ ਆ। ਲਓ ਪਿੰਨੀ ਪਤਾਰੇ ਵਾਲਾ ਕਬੱਡੀ 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 ਕਰਦਾ ਹੋਇਆ ਫੁੱਲਿਆ, ਆਹ ਫੁੱਲਿਆ ਤੇਰੇ ਮੈਚ ਦਾ ਚੋਬਰ ਆ। ਪਰ ਦੂਜੇ ਪਾਸੇ ਭਿੰਡਰਾਂ ਵਾਲਾ ਸੁੱਖ ਹੈ, ਇੰਦਰਪਾਲ ਬਾਜਵੇ ਦਾ ਇਸ਼ਾਰਾ ਵੀ ਪੁਆਇੰਟ ਜਿਹੜਾ ਧਾਵੀ ਦਾ, ਪੁਆਇੰਟ ਜਿਹੜਾ ਧਾਵੀ ਦਾ, ਦੂਰੋਂ ਲਿਸ਼ਕਾਂ ਮਾਰਦੀ ਚਮਕਾਈ ਹੋਈ ਬਾਡੀ ਸ਼ੈਪਟਨ ਦੇ ਵਿੱਚ ਪੈ ਰਹੀ ਹੈ ਸ਼ੇਰਾਂ ਦੀ ਕੌਡੀ। ਲੈ ਵੀ ਅਮਰੀਕ ਅਗਲੀ ਕਬੱਡੀ ਕੌਣ ਧਾਵੇਗਾ ਇਹ ਸਮਾਂ ਦੱਸੇਗਾ, ਮੈਨੂੰ ਲੱਗਦਾ ਹਾਫ ਸਮਾਂ ਹੋ ਗਿਆ। ਤੇ ਪੁਆਇੰਟਾਂ ਵਾਲਾ ਵੀਰ ਕਿੱਧਰ ਹੈ ਜੀ? ਟੀਮਾਂ ਨੂੰ ਬੇਨਤੀ ਹੈ, ਬਾਬਾ ਬੰਦਾ ਸਿੰਘ ਬਹਾਦਰ ਕਬੱਡੀ ਕਲੱਬ ਤੇ ਨਾਲ ਟੀਮ ਹੈ ਜਿਹੜੀ ਮੇਰਾ ਖਿਆਲ ਹੈ, ਕਿਹੜੀ ਟੀਮ ਹੈ ਜੀ? ਬ੍ਰਿਮਿਕ ਲਾਇਨਸ ਦੀ ਟੀਮ ਹੈ। ਹਾਂਜੀ ਪੁਆਇੰਟ, ਹਾਂਜੀ ਰੈਫਰੀ ਸਾਹਿਬ, ਸਾਨੂੰ ਜਿਹੜਾ ਹੋਲਡ ਨੰਬਰ ਸੀਗਾ ਉਹਦਾ ਕਲੀਅਰ ਕਰਿਓ ਰੇਡਰ ਦਾ। ਲਓ ਵੀ ਦਰਸ਼ਕ ਵੀਰੋ ਪੁਆਇੰਟ ਬੜੇ ਇੰਟਰਸਟਿੰਗ ਹੈ, ਸਿਡਨੀ ਕਬੱਡੀ ਕਲੱਬ ਦੇ ਪੁਆਇੰਟ ਨੇ 15 ਤੇ 15 ਹੀ ਪੁਆਇੰਟ ਨੇ ਬਿੱਟੂ ਦਗਾਲ ਕਬੱਡੀ ਕਲੱਬ ਦੇ। ਤਾੜੀਆਂ ਬਾਰੇ ਕੀ ਖਿਆਲ ਆ? ਹੁਣ ਅੱਧਾ ਜਿਹੜੇ ਕਬੱਡੀ ਧਿਆਨ ਲਾ ਕੇ ਦੇਖਦੇ ਉਹਨਾਂ ਨੂੰ ਪਤਾ ਵੀ ਅੱਧਾ ਕਿੱਧਰ ਹੈ, ਇਹ ਹੁਣ ਮੈਂ ਨਹੀਂ ਦੱਸਣਾ, ਇਹ ਫਾਈਨਲ 'ਚ ਦੱਸਾਂਗੇ ਜਦੋਂ ਫਾਈਨਲ ਸਕੋਰ ਹੋਊ ਵੀ ਅੱਧਾ ਕਿਹਦਾ ਵੱਧ। ਦੱਸੀਏ ਕਿ ਨਾ ਦੱਸੀਏ? ਅੱਧਾ ਪੁਆਇੰਟ ਬਿੱਟੂ ਦਗਾਲ ਕਬੱਡੀ ਕਲੱਬ ਦਾ ਉੱਤੇ ਆ, ਪਹਿਲੀ ਕਬੱਡੀ ਉਹਨਾਂ ਦੀ ਸੀਗੀ 15 ਸਿਡਨੀ ਦੇ, 15.5 ਮੇਰੇ ਵੀਰੋ ਬਿੱਟੂ ਦਗਾਲ ਕਬੱਡੀ ਕਲੱਬ ਦੇ। ਸਿਰੇ ਦਾ ਮੈਚ ਚੱਲ ਰਿਹਾ ਦੋਨੋਂ ਟੀਮਾਂ ਦੇ ਦਰਮਿਆਨ, ਹਾਫ ਸਮੇਂ ਤੋਂ ਬਾਅਦ ਸਾਈਡਾਂ ਜਿਹੜੀਆਂ ਚੇਂਜ ਹੈ, ਇੱਕ ਪਾਸੇ ਟੀਮ ਚਲੀ ਗਈ ਹੈ ਬਿੱਟੂ ਦਗਾਲ ਕਬੱਡੀ ਕਲੱਬ ਦੀ ਖੱਬੇ ਪਾਸੇ ਮੇਰੇ ਵੀਰੋ, ਤੇ ਦੂਜੇ ਪਾਸੇ ਜਿੱਧਰ ਟੈਂਟ ਲੱਗੇ ਆ ਸਾਡੇ ਸਪੋਂਸਰਾਂ ਦੇ ਉੱਧਰਲੀ ਪਾਸੇ ਟੀਮ ਸਿਡਨੀ ਦੀ ਟੀਮ ਹੈ। ਵੱਡਾ ਮੈਚ
15:30 ਆਸਟ੍ਰੇਲੀਆ ਵਾਸਤੇ ਪੰਜਾਬੀ ਲਾਈਵ ਕਰ ਰਿਹਾ ਹੈ। ਇੱਕ ਪਾਸੇ ਟੀਮ ਮੇਰੇ ਵੀਰੋ ਸਿਡਨੀ ਵਾਲੇ ਵੀਰਾਂ ਦੀ ਖੇਡ ਰਹੀ ਹੈ, ਸੰਦੀਪ ਮਲਹੋਤਰੇ ਹੋਣਾ ਦੀ, ਜੱਸੀ ਸਿਡਨੀ ਵਾਲਾ, ਰਾਜ ਖਰਲ, ਜੈ ਮੈਟਲਾ, ਵੱਡੇ ਯੋਗਦਾਨ ਨੇ ਮੇਰੇ ਵੀਰੋ, ਰਿੰਟੂ ਪਤਾਰੇ ਦਾ, ਗੁਰਸ਼ੇਰ ਮਾਨ ਦਾ ਵੱਡਾ ਨਾਮ ਹੈ, ਆਸਟ੍ਰੇਲੀਅਨ ਐਥਲੀਟ ਦੇ ਤੌਰ ਤੇ ਉਹ ਵੀ ਸਾਡਾ ਭਰਾ ਆਇਆ ਹੋਇਆ, ਬਹੁਤ ਬਹੁਤ ਧੰਨਵਾਦ ਹੈ। ਦੂਜੇ ਪਾਸੇ ਟੀਮ ਚੌਧਰੀ ਗਰੁੱਪ ਆਸਟ੍ਰੇਲੀਆ ਦੀ ਹੈ, ਰਾਮਦੀਪ, ਰਣਦੀਪ, ਗਲਵ ਦਾ ਬੱਬੂ ਹੈ, ਸਾਹਿਬ ਟਰਾਂਸਪੋਰਟ, ਜਿੰਮੀ ਜਟਾਣਾ, ਔਰ ਮੇਰੇ ਵੀਰੋ ਨਾਲ ਗਲਵ ਦਾ ਮਨ ਹੈ ਅਵਤਾਰ ਬਾਈ ਹੋਣਾ ਦਾ ਵੱਡਾ ਯੋਗਦਾਨ ਹੈ, ਚੀਮੇ ਹੋਣਾ ਦਾ, ਹੈਪੀ ਹੋਣਾ ਦਾ, ਸਾਰੇ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਹੈ। ਕਈ ਸੋਚਦੇ ਆ ਵੀ ਇਹਨਾਂ ਦੇ ਨਾਮ ਕਿਉਂ ਬੋਲੇ ਜਾਂਦੇ ਆ, ਇਹਨਾਂ ਮੇਰੇ ਵੀਰੋ ਪੱਲੇ ਇਕੱਲਾ ਨਾਮ ਹੀ ਹੁੰਦਾ, ਕਬੱਡੀ 'ਚ ਕੋਈ ਕਮਾਈ ਤੇ ਨਹੀਂ ਹੈ ਇਹ ਵਿਚਾਰਿਆਂ ਦੇ ਕੋਲ। ਕਹਿੰਦੇ ਵੀ ਘਰ ਫੂਕ ਕੇ ਤਮਾਸ਼ਾ ਦੇਖਣ ਵਾਲੀ ਇਹ ਖੇਡ ਹੈ, ਪੈਸੇ ਲਾਉਂਦੇ ਆ ਤੇ ਨਾਮ ਤੇ ਫਿਰ ਜ਼ਰੂਰ ਬੋਲੇ ਜਾਣਗੇ। ਹਾਫ ਸਮੇਂ ਤੋਂ ਬਾਅਦ ਦੀ ਖੇਡ, ਅਮਰੀਕ ਮੈਚ ਐਨ ਫਸਿਆ ਪਿਆ ਕਿ ਸਾਨਾਂ ਦੀਆਂ ਟੱਕਰਾਂ ਨੂੰ ਵੇਖਣਾ ਤੇ ਬਹਿ ਜਾਓ ਲੋਕੋ ਲੈਣ ਛੱਡ ਕੇ, ਸਾਨਾਂ ਦੀਆਂ ਟੱਕਰਾਂ ਨੂੰ ਟੱਕਰਾਂ ਤੇ ਲੋਕੋ ਬਹਿ ਜਾਓ ਲੈਣ ਛੱਡ ਕੇ, ਅੱਜ ਚੋਟੀ ਚੋਟੀ ਦੇ ਆਏ ਤੇ ਜਾਣਗੇ ਝੰਡੇ ਗੱਡ ਕੇ, ਜੇ ਸਾਨਾਂ ਦੀਆਂ ਟੱਕਰਾਂ ਨੂੰ ਟੱਕਣਾ ਤੇ ਯਾਰੋ ਬਹਿ ਜਾਓ ਲੈਣ ਛੱਡ ਕੇ। ਮੈਂ ਬੇਨਤੀ ਕਰਨਾ ਅਗਲੇ ਮੈਂ ਵੀ ਇਹ ਟੀਮਾਂ ਜਿਹੜੀਆਂ ਹੈ ਉਹ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਪੁੱਜ ਜਾਣ। ਅਰਸ਼ ਆਪਾਂ ਕਰੀਏ ਫੋਨ, ਲਾਈਏ ਸੁਨੇਹਾ ਵੀ ਅਗਲਾ ਮੈਚ ਉਹ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਆ ਜਾਣ। ਮੇਰੀ ਬੇਨਤੀ ਹੈ ਫੁੱਲਿਆ, ਕੀ ਰੌਲਾ ਵੀਰੇ, ਮੈਚ ਤਾਂ ਠੰਡਾ ਹੋ ਜਾਂਦਾ ਕੰਮ, ਕੀ ਰੌਲਾ ਹੁਣ, ਉਹ ਇਹਨਾਂ ਨੇ ਫੈਸਲੇ ਕਰ ਲੈਣੇ ਆਪੇ, ਇਹ ਠੰਡਾ ਹੋ ਜਾਂਦਾ ਕੰਮ। ਏਦਾਂ ਲੋਕਾਂ ਦਾ ਵੀ ਇੱਕ ਨਾ ਉਹ ਜਿੱਦਾਂ ਕਹਿੰਦੇ ਹੁੰਦੇ ਅਮਰੀਕ ਪੱਟਾ ਚੜਿਆ ਹੁੰਦਾ, ਉਹ ਚੜਿਆ ਰਹੇ ਤੇ ਗੱਲ ਵਧੀਆ, ਫਿਰ ਉਸ ਤੋਂ ਬਾਅਦ ਪਲੇਅਰਾਂ ਨੂੰ ਵੀ ਮੇਰੇ ਵੀਰੋ ਥੋੜਾ ਜਿਹਾ ਉਹ ਜਿਹੜਾ ਇੰਤਜ਼ਾਰ ਕਰਨਾ ਪੈ ਜਾਂਦਾ, ਸਰੀਰ ਠਰ ਜਾਂਦਾ, ਸਰੀਰ ਠਰ ਜਾਂਦਾ ਜਿਹੜਾ ਤੇ ਸਿਰਾ ਹੀ ਕਰ ਜਾਂਦਾ। ਆਹ ਸਾਹਮਣੇ ਕਿਹੜੇ ਫਿਰ ਪਿੰਨੀ ਪਟਾਰੇ ਵਾਲਾ ਇਸ ਵੇਲੇ ਮਾਈਵਨ ਜ਼ਿਲ੍ਹੇ ਜਲੰਧਰ ਦੇ ਨੇੜੇ ਚੱਲ ਕੇ ਆਇਆ, ਪਰ ਰਹਿੰਦਾ ਇੱਥੇ ਆਸਟ੍ਰੇਲੀਆ ਦੇ ਵਿੱਚ ਰਹਿਣ ਬਸੇਰੇ ਨੇ, ਇੱਥੇ ਪੜਦਾ 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 ਉਹ ਦੁਨੀਆ ਦੇ ਲੋਕਾਂ ਦੇ ਬਿਲਾਂ ਤੇ ਬਿਲਾਂ ਤੇ ਛਾ ਗਿਆ। ਪਰ ਇੱਧਰ ਕਹਿੰਦੇ ਪਿੰਨੀ ਪਟਾਰੇ ਪਿੰਡ ਵਾਲਾ ਇੱਕ ਤਗੜਾ ਨੰਬਰ ਜੋੜਦਾ ਹੋਇਆ, ਆਹ ਮਾਈਵਨ ਕਹਿੰਦੇ ਬੂਲੇ ਮੰਗਲ ਵਾਲਾ ਜਿਹੜੇ ਕਹਿੰਦੇ ਜਲੰਧਰ ਤੋਂ ਅੰਮ੍ਰਿਤਸਰ ਨੂੰ ਜਾਂਦੇ ਹੋਣਗੇ, ਉਹਨਾਂ ਨੇ ਬੋਰਡ ਕਿਤੇ ਨਾ ਕਿਤੇ ਲੱਗਾ ਦੇਖਿਆ ਉਹਨਾਂ ਰਾਈਏ ਦੇ ਕੋਲੇ, ਬਿਆਸ ਦੇ ਕੋਲੇ ਇੱਕ ਖੱਬੇ ਪਾਸੇ ਨੂੰ ਛੱਡ ਕੇ ਉਹ ਬੂਲੇ ਮੰਗਲ ਪਿੰਡ ਨੂੰ ਜਾਂਦੀ ਹੈ। ਜਿਹੜੇ ਜਲੰਧਰ ਅੰਮ੍ਰਿਤਸਰ ਨੂੰ ਆਉਂਦੇ ਆ ਉਹਨਾਂ ਦੇ ਖੱਬੇ ਪਾਸੇ ਆ, ਜਿਹੜੇ ਅੰਮ੍ਰਿਤਸਰ ਤੋਂ ਜਲੰਧਰ ਨੂੰ ਜਾਂਦੇ ਆ ਉਹ ਬੋਰਡ ਉਹਨਾਂ ਦੇ ਸੱਜੇ ਪਾਸੇ ਆ, ਬੜਾ ਸਾਹਮਣੇ ਦੇਖਾਂਗੇ ਬੂਲੇ ਮੰਗਲ ਵਾਲਾ। ਪਰ ਨੰਬਰ ਜਿਹੜਾ ਵਾਹਿਗੁਰੂ ਸੀਚੇ ਆਲ ਦੀ ਧਰਤੀ ਦਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ, ਜਿਹੜੇ ਵੀਰ ਨੇ ਬਾਕੀ ਉਹ ਥੋੜਾ ਜਿਹਾ ਤੁਰ ਫਿਰ ਗਏ। ਫੁੱਲੇ ਪਿਆਰ ਦੀ ਖੇਡ, ਪਿਆਰ ਦੇ ਨਾਲ, ਪਿਆਰ ਦੇ ਨਾਲ ਰਵੀ ਦਿਓਰੇ ਵਾਲਾ ਕਬੱਡੀ ਪਾਰੇ ਦਾ ਅੰਦਾਜ਼ ਹੈ ਮੇਰੇ ਵੀਰੋ, ਜਦੋਂ ਕਬੱਡੀ ਪਾਉਂਦਾ ਤੇ ਮੋਟੇ ਪੱਟਾਂ ਤੋਂ ਨੀਕਰ ਚੱਕ ਕੇ ਦਰਸ਼ਨ ਕਰਵਾਉਂਦਾ ਮੋਟੇ ਪੱਟਾਂ ਦੇ, ਇਹਦਾ ਹਰ ਕਬੱਡੀ ਤੇ ਅੰਦਾਜ਼ ਹੈ। ਇਹ ਰਵੀ ਦਿਓਰੇ ਵਾਲਾ ਕਬੱਡੀ ਫੈਡਰੇਸ਼ਨ ਆਫ ਆਸਟ੍ਰੇਲੀਆ ਦਾ ਬੈਨਰ ਹੈ, ਹਰਜੋਤ ਪੰਡਾਲ ਦੀ ਕਬੱਡੀ ਹੈ, ਲਾਲ ਰੰਗ ਦਾ ਮੇਰੇ ਵੀਰੋ ਕੱਛਾ ਪਾਇਆ ਹੋਇਆ ਨੌਜਵਾਨ ਨੇ, ਹੁਣ ਚਾਰਾਂ ਜਾਫੀਆਂ ਦੇ ਵਿੱਚੋਂ ਸ਼ੀਲੂ ਇੱਕ ਕੰਨੀ ਤੇ ਹੈ, ਨਾਲ ਗੁਲਜ਼ਾਰੀ ਤੇ ਫੌਜੀ, ਆਓ ਮੇਰੇ ਵੀਰੋ ਵਾਹਿਗੁਰੂ ਸੀਚੇ ਵਾਲੀਆ, ਸੀਚੇ ਵਾਲੀਆ ਵਾਹਿਗੁਰੂ, ਖੁੱਚ ਕੱਢ ਕੇ ਚੋਬਰ ਨੇ ਥੱਲੇ ਸੁੱਟ ਲਿਆ, ਇਹ ਹੈ ਸੀਚੇਵਾਲ ਦੀ ਧਰਤੀ ਦਾ ਵਾਹਿਗੁਰੂ। ਟਿੱਬੇ ਪਿੰਡ ਦਾ ਬੰਟੀ, ਲੋਕ ਗੱਲਾਂ ਕਰਦੇ ਆ ਟਿੱਬਿਆਂ ਵਾਲਿਆ ਵੀ ਮੁੰਡਾ ਦੁਬਾਰਾ ਫਿੱਟ ਹੋ ਗਿਆ, ਤੇ ਦੁਬਾਰਾ ਫਿੱਟ ਹੋ ਕੇ ਮੁੰਡੇ ਨੇ ਬੱਲੇ ਬੱਲੇ ਕਰਵਾ ਦਿੱਤੀ ਹੈ ਕਬੱਡੀ ਦੇ ਮੈਦਾਨਾਂ ਦੇ ਵਿੱਚ। 8 ਤੇ 9 ਜੂਨ
ਗ੍ਰਿਫ ਦੀਆਂ ਖੇਡਾਂ ਦੀ ਹੈ। ਮਾਵੀ ਸਾਡਾ ਵੀਰ ਆਇਆ ਹੋਇਆ, ਸਾਰਿਆਂ ਨੇ ਪਹੁੰਚਣਾ ਵੱਡੇ ਰੂਪ ਦੇ ਵਿੱਚ। ਸ਼ੂਸ਼ਕ ਦਾ ਫੁੱਲਾ ਕੋਸ਼ਿਸ਼ ਕਰ ਰਿਹਾ, ਪਰ ਪੁਆਇੰਟ ਜਿਹੜਾ ਧਾਵੀ ਦਾ, ਪੁਆਇੰਟ ਜਿਹੜਾ ਧਾਵੀ ਦਾ, 6 ਫੁੱਟ ਕੱਦ ਹੈ ਜੀ ਦਾ, ਚਰਚਾ ਹੱਦੋਂ ਵੱਧ ਹੈ ਜੀ ਦਾ। ਉਹ ਮੁੰਡਾ ਆ ਗਿਆ ਅਮਰੀਕ, ਉਹ ਮੁੰਡਾ ਆ ਗਿਆ, ਉਹ ਮੁੰਡਾ ਆ ਗਿਆ, ਉਹ ਮੁੰਡਾ ਆ ਗਿਆ। ਇਹ ਕਹਿੰਦੇ ਲੋਪੋ ਕੇ ਪਿੰਡ ਦਾ ਨਿਰਮਲ ਨੌਜਵਾਨ ਹੈ, ਕੈਨੇਡਾ ਦੇ ਵਿੱਚ ਵੀ ਚਰਚੇ ਰਹੇ ਹੈ, ਖੇਡ ਆਇਆ ਕਹਿੰਦੇ ਯੂਰਪ ਦੇ ਵਿੱਚ, ਪਰ ਕਹਿੰਦੇ ਚੰਡੀਗੜ੍ਹ ਦੇ ਇਲਾਕੇ ਦਾ ਨੌਜਵਾਨ, ਪਰ ਇੱਧਰ ਕਹਿੰਦੇ ਕਮਾਲ ਹੋ ਜਾਂਦੀ ਹੈ। ਇਹ ਕਹਿੰਦੇ ਫੌਜੀ ਸ਼ੀਹੋ ਬਾਜਰੇ ਵਾਲਾ ਬੁੜੀਆਂ ਗੱਲਾਂ ਕਰਦੀ ਵੀ ਲੋਪੋ ਕਰ ਦਾ ਪੰਪ ਬਹੁਤ ਤਕੜਾ, ਹੁਣ ਦੇਖਾਂਗੇ ਪੰਪ 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 ਪੰਪ। ਅੱਜ ਫੌਜੀ ਕਹਿੰਦੇ ਆਈ ਤੇ ਆਇਆ ਹੋਇਆ, ਜਿਹੜੇ ਮਾਨਸਾਰੇ ਗੱਲਾਂ ਕਰਦੇ ਹੁੰਦੇ ਆ ਵੀ ਇਹ ਵਿਚਰਿਆ ਤੇ ਬੜਾ ਮਾੜਾ ਹੈ, ਇਹ ਵਿਚਰਿਆ ਤੇ ਬੜਾ ਮਾੜਾ ਹੈ। ਪ੍ਰਿੰਦਰ ਕਹਿੰਦੇ ਇਸ ਵੇਲੇ ਨੌਜਵਾਨ, ਉਹ ਇਸ ਵੇਲੇ ਕੌਣ, ਇਹ ਪਿੰਨੀ ਪਟਾਰੇ ਵਾਲਾ ਹੈ, ਇਹ ਕਹਿੰਦੇ ਹਵਾ ਹਵਾਈ ਹੈ, ਸ਼ਾਰਪ ਹੈ, ਸਪੀਡੀ ਹੈ, ਇਹ ਤੇਜ਼ ਹੈ, ਉਹ ਪੱਬਾਂ ਥੱਲੇ ਕਹਿੰਦੇ ਅੱਗ ਮੱਚਦੀ ਆ ਮੁੰਡੇ ਦੇ। ਆਹ ਕਹਿੰਦੇ ਭੰਡਾਲ ਪਿੰਡ ਦਾ ਹਰਜੋਤ ਕਬੱਡੀ ਪਾ ਰਿਹਾ ਹੈ, ਗੱਗੀ ਕਰ ਸਿਫਤ ਮੁੰਡੇ ਦੀ। ਲਓ ਹਰਜੋਤ ਕਬੱਡੀ ਪਾ ਰਿਹਾ, ਬਿੱਟੂ ਦਵਾਲ ਕਬੱਡੀ ਕਲੱਬ ਵਾਲੇ ਕਹਿੰਦੇ ਵੀ ਜਲਾਲਪੁਰੀਏ ਪਾਲੇ ਦਾ ਤੇ ਸੇਵਾ ਸਿੰਘ ਰਾਣੇ ਦਾ ਬਹੁਤ ਵੱਡਾ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਹਰਜੋਤ ਦਿੱਤਾ। ਪਰ ਦੂਜੇ ਪਾਸੇ ਫੌਜੀ ਫੌਜੀ ਸ਼ੀਹੋ ਮਾਜਰੇ ਦਾ ਟੁੱਟੀ ਮੰਜੀ ਬਾਣ ਪੁਰਾਣਾ ਵਿੱਚ ਵੀ ਦੀਨੋ ਤਾਰਵੇਂ ਵਸਣਾ ਫੌਜੀ ਦੇ, ਭਾਵੇਂ ਬੂਟ ਸਣੇ ਲੱਤ ਮਾਰੇ ਮੈਂ ਵਸਣਾ ਫੌਜੀ ਦੇ। ਇਹ ਫੌਜੀ ਹੈ ਮੇਰੇ ਵੀਰੋ, ਆਹ ਰਵੀ ਹੈ ਦਿਓੜੇ ਵਾਲਾ, ਆਹ ਰਵੀ ਹੈ ਜਿਹੜਾ 2023 ਦੇ ਕੱਪ ਦਾ ਮੇਰੇ ਵੀਰੋ ਬੈਸਟ ਬਣਿਆ, ਇਹ ਰਵੀ ਹੈ ਦਿਓੜੇ ਵਾਲਾ, ਇਹ ਕੈਥਲ ਦੇ ਇਲਾਕੇ ਦਾ ਖਿਡਾਰੀ ਹੈ, ਗੁੱਜਰਾਂ ਦਾ ਮੁੰਡਾ, ਚਾਰ ਜਾਫੀ ਤਿਆਰ ਨੇ, ਚਾਰਾਂ ਦੇ ਵਿੱਚੋਂ ਮੈਂ ਵੇਖਦਾ ਵੀ ਦੀਪਗੜੀਆ ਨੰਨੂ ਹੈ, ਦੀਪਗੜੀਆ ਨੰਨੂ ਹੈ, ਇਹ ਦੀਪਗੜ੍ਹ ਪਿੰਡ ਦੇ ਨਾਲ ਮੱਝੂਕੇ ਹੈ ਤੇ ਮੱਝੂਕਿਆਂ ਦੀ ਘੋੜਿਆਂ ਦੀ ਬਲੱਡ ਲਾਈਨ ਬੜੀ ਮਸ਼ਹੂਰ ਹੈ। ਅਮਰੀਕ ਨਵੇਂ ਸ਼ਹਿਰ ਵਾਲਾ ਜੋਗਾ ਆ ਗਿਆ, ਆਹੋ ਸਾਹਮਣੇ ਕਹਿੰਦੇ ਜੋਗਾ ਆ ਗਿਆ, ਨਵੇਂ ਸ਼ਹਿਰ ਵਾਲਾ, ਨਵੇਂ ਸ਼ਹਿਰ ਨੇ ਬਹੁਤ ਕੁਝ ਦਿੱਤਾ। ਜੇ ਆਜ਼ਾਦੀ ਗੁਲਾਟੀਏ ਦੀ ਗੱਲ ਕਰ ਲਈਏ, ਕਦੇ ਭੁੱਲਿਓ ਨਾ, ਜਿਵੇਂ ਜਿਵੇਂ ਟਾਈਮ ਮਿਲਦਾ ਹੈ ਉਵੇਂ ਉਵੇਂ ਦੱਸਦੇ ਰਿਹਾ ਕਰੋ ਬੱਚਿਆਂ ਨੂੰ ਵੀ ਪੰਜਾਬ ਕਿਹਨੂੰ ਕਹਿੰਦੇ ਨੇ, ਵੀ ਪੰਜਾਬ ਕਿਹਨੂੰ ਕਹਿੰਦੇ ਨੇ। ਪਰ ਆਹ ਨੌਜਵਾਨ ਕਹਿੰਦੇ ਬੰਟੀ ਟਿੱਬੇ ਪਿੰਡ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ। ਮੈਂ ਅਗਲੇ ਬੱਚਿਆਂ ਦੀਆਂ ਟੀਮਾਂ ਨੂੰ ਬੇਨਤੀ ਕਰਦਾ, ਭਰਾ ਬਣ ਕੇ ਤੁਰੇ ਆਇਓ, 8 ਦੇ ਇੰਜਣ ਦੀ ਪੁਲੀ ਤੇ ਪਟਾ ਚੜ ਗਿਆ, ਹੁਣ ਤੇ ਥਾੜ ਥਾੜੀ ਹੋਣੀ ਹੈ, ਹੁਣ ਤੇ ਸਵਾਦ ਵੱਧ ਜਾਣਗੇ। ਮੇਲਾ ਕਹਿੰਦੇ ਐਨ ਜੋਬਨ ਤੇ ਆ, ਮੱਲੀ ਸਾਹਿਬ ਨੇ ਇਸ਼ਾਰਾ ਕਰ ਦਿੱਤਾ ਵੀ ਨੰਬਰ ਜਿਹੜਾ ਇਸ ਵੇਲੇ ਰੇਡਰ ਦੇ ਹਿੱਸੇ, ਉੱਧਰ ਕਹਿੰਦੇ ਮੰਗਲੰਬੀਆਂ ਦੇ ਸੰਦੀਪ ਦਾ ਕਹਿੰਦੇ ਪੁਰਾਣਾ ਸਾਥੀ ਆ ਇੰਦਰਪਾਲ ਬਾਜਵਾ ਵਾਲਾ, ਕਿਉਂਕਿ ਸਵਰਨ ਸਿੰਘ ਨੇ ਆਖਿਆ ਹੈ ਵੀ ਮੇਰੇ 3 ਵੀ ਮੇਰੇ 4 ਪੁੱਤ ਹੈ ਤੇ ਇੰਦਰਪਾਲ ਮੇਰਾ 4th ਪੁੱਤ ਹੈ, ਇਹ ਵੀ ਇੱਕ ਮਾਣ ਵਾਲੀ ਗੱਲ ਹੈ। ਪਰ ਇੱਧਰ ਕਿਵੇਂ ਨੌਜਵਾਨ, ਇਹ ਦੀਪਗੜੀ ਆ, ਪਰ ਆਹ ਕਿਵੇਂ ਗੁਲਜ਼ਾਰੀ ਆ, ਇਹਦਾ ਸੁਣਨ ਪੈਂਦਾ, ਉਹ ਦੁਆਬਾ ਦੇ ਮਾਝਾ ਭੁੜ ਗਿਆ ਮੇਰੇ ਮਿੱਤਰੋ, ਕਿਵੇਂ ਮਾਲਵਾ ਕਦੇ ਪਲਾਬ, ਇਹ ਸਭ ਸਾਡੇ ਨੇ, ਇਹ ਸਭ ਸਾਡੇ ਨੇ। ਪਰ ਕਦੇ ਹਰਿਆਣਾ ਜਦੋਂ ਦਿੱਲੀ ਦੇ ਬਾਰਡਰ ਦੇ ਚੱਕਰ ਚੱਲੇ, ਹਰਿਆਣਾ ਕਹਿੰਦੇ ਇੱਕ ਠੋਕ ਕੇ ਖੜ ਗਿਆ, ਲੈ ਵੀ ਗੱਗੀ ਦੇਖ ਸਵਾਦ ਸਵਾਦ, ਸ਼ੂਸ਼ਕ ਦਾ ਫੁੱਲਾ ਆ ਲੱਕ ਦੀ ਦੇ ਕੋਲ ਆ ਕੇ ਫੜਨ ਦੀ ਕੋਸ਼ਿਸ਼ ਕਰਦਾ। ਉਧਰ ਕਬੱਡੀ ਦਾ ਮੱਲ ਮੇਰੇ ਵੀਰੋ ਦੜਵੇ ਵਾਲਾ ਸੰਦੀਪ ਲੁੱਦਰ ਵੀ ਆ ਗਿਆ, ਇੱਕ ਵਾਰ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ। ਲੈ ਵੀ ਲੁੱਦਰਾ ਬਲਾ ਫਤਿਹ ਨੌਜਵਾਨ, ਦੁਨੀਆ ਪਿਆਰ ਕਰਦੀ ਹੈ, ਲੁੱਦੜ ਆ ਗਿਆ, ਚਿੱਤਪਾਲ ਚਿੱਟੀ ਆ ਗਿਆ, ਬ੍ਰਿਮਿਕ ਲਾਇਨਸ ਦੀ ਟੀਮ ਆ ਗਈ ਹੈ ਰੋਬਨ ਹੁਣਾਂ ਦੀ,
ਮੇਰੀ ਬੇਨਤੀ ਹੈ ਬਾਬਾ ਬੰਦਾ ਸਿੰਘ ਬਹਾਦਰ ਕਬੱਡੀ ਕਲੱਬ ਨੂੰ ਵੀ ਉਹ ਵੀ ਟੀਮ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾਵੇ। ਉੱਧਰ ਜਾਦਵੀਰ ਚੌਧਰੀ ਤੇ ਗੁਰਦਿੱਤ ਚੌਧਰੀ ਵੀ ਆਏ ਹੋਏ ਅੱਜ, ਬੱਚਿਆਂ ਦਾ ਧੰਨਵਾਦ ਹੈ। ਲੋਕ ਕਬੱਡੀ ਦੁਆਰੇ ਵਾਲੇ ਰਵੀ ਦੀ ਹੈ, ਸਿੰਘ ਸਪੋਰਟਸ ਕਲੱਬ ਦਾ ਮੇਲਾ ਚੱਲ ਰਿਹਾ, ਸ਼ੈਪਟਨ ਦੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਆ ਵੀਰ ਕਹਿੰਦੇ ਵੀ ਜਿਨ੍ਹਾਂ ਨੇ ਵੱਧ ਚੜ ਕੇ ਯੋਗਦਾਨ ਪਾਇਆ। ਇੰਨੀ ਉਮੀਦ ਨਹੀਂ ਸੀ ਜਿੰਨਾ ਇਹਨਾਂ ਵੀਰਾਂ ਨੇ ਸਾਰਿਆਂ ਨੇ ਯੋਗਦਾਨ ਪਾਇਆ, ਸਾਰਿਆਂ ਦਾ ਦਿੱਤਾ ਹੋਇਆ ਇੱਕ ਇੱਕ ਡਾਲਰ ਸਿਰ ਮੱਥੇ ਹੈ। ਇਹ ਜੋਗਾ ਹੈ ਮੇਰੇ ਵੀਰੋ, ਇਹਦਾ ਥੰਬੜਾ ਪਿੰਡ ਹੈ ਨਵੇਂ ਸ਼ਹਿਰ ਦੇ ਵਿੱਚ, ਬੜਾ ਚੌੜ ਦਾ ਇਲਾਕਾ, ਬੰਗਿਆਂ ਦੀ ਗੱਲ ਚੱਲਦੀ ਹੈ, ਦੂਜੇ ਪਾਸੇ ਵੱਡਿਆਂ ਵੱਡਿਆਂ ਨੂੰ ਪੁੱਠੇ ਕਰਨ ਵਾਲੇ ਮੁੰਡੇ ਨੂੰ ਸ਼ੀਲੂ ਸ਼ੀਲੂ ਕਹਿੰਦੇ ਆ, ਸ਼ੀਲੂ ਸ਼ੀਲੂ ਕਹਿੰਦੇ ਆ, ਸ਼ੀਲੂ ਸ਼ੀਲੂ ਕਹਿੰਦੇ ਆ। ਲਓ ਟਰੰਗੇ ਵਾਲੇ ਤਾਰੀ ਦਾ ਚਹੇਤਾ, ਫੇਰ ਕਬੱਡੀ ਟਿੱਬੇ ਵਾਲਾ ਬੰਟੀ ਪਾ ਰਿਹਾ ਅਮਰੀਕ, 6 ਫੁੱਟ ਦੇ ਲਾਗੇ ਕਰਕੇ ਕਾਦਾ ਮੁੰਡੇ ਦਾ, ਦੇਖ ਵੱਧ ਕੇ ਕਬੱਡੀ ਪੈ ਚੁੱਕੀ ਆ। ਉਹ ਸਾਹਮਣੇ ਕਹਿੰਦੇ ਬੰਟੀ ਟਿੱਬੇ ਵਾਲਾ ਨੌਜਵਾਨ ਹੈ, ਤਲਵੰਡੀ ਚੌਧਰੀਆਂ ਦੇ ਨੇੜੇ ਕਹਿੰਦੇ ਟਿੱਬਾ ਪਿੰਡ ਹੈ। ਔਰ ਕਹਿੰਦੇ ਜੇ ਗੱਲ ਕਰ ਲਈਏ ਸੁਲਤਾਨਪੁਰ ਲੋਧੀ ਦੀ, ਕਹਿੰਦੇ ਪਹਿਲੀ ਪਾਤਸ਼ਾਹੀ ਉਹ ਪਾਵਨ ਤੇ ਪਵਿੱਤਰ ਧਰਤੀ, ਸੁਲਤਾਨਪੁਰ ਲੋਧੀ ਦੀ ਧਰਤੀ ਪਾਵਨ ਹੈ, ਪਵਿੱਤਰ ਹੈ। ਗੁਰੂ ਨਾਨਕ ਦੇਵ ਜੀ ਨੇ ਕਹਿੰਦੇ ਆਪਣੀ ਜ਼ਿੰਦਗੀ ਦਾ ਬਹੁਤ ਲੰਮਾ ਸਮਾਂ ਉਹ ਧਰਤੀ ਨੇ ਬਤੀਤ ਕੀਤਾ, ਉਹ ਧਰਤੀ ਕਰਮਾਂ ਵਾਲੀ ਧਰਤੀ ਹੈ। ਪਰ ਆ ਕਹਿੰਦੇ ਤਾਰੀ ਬਾਰਡਰ ਦੇ ਇਲਾਕੇ ਦਾ ਨੌਜਵਾਨ ਕਬੱਡੀ ਪਾ ਰਿਹਾ, ਇੱਕ ਪਾਸੇ ਉਹ ਲੋਕ ਬੈਠੇ ਆ ਜਿਹੜੇ ਕਹਿੰਦੇ ਅਸੀਂ ਹਰਿਮੰਦਰ ਸਾਹਿਬ ਮੱਥਾ ਟੇਕਣਾ ਚਾਹੁੰਦੇ ਹਾਂ, ਇੱਕ ਪਾਸੇ ਉਹ ਲੋਕ ਆ ਜਿਹੜੇ ਕਹਿੰਦੇ ਅਸੀਂ ਆਪਣੇ ਬਾਬੇ ਦੇ ਖੇਤ ਨੇੜਿਓਂ ਦੇਖਣੇ ਆ। ਇਹ ਕਹਿੰਦੇ ਤਾਰੀ ਬਾਰਡਰ ਦੇ ਇਲਾਕੇ ਦਾ ਨੌਜਵਾਨ ਹੈ, ਜਿਹਨੇ ਇੱਕ ਤਕੜਾ ਨੰਬਰ ਜੋੜ ਦਿੱਤਾ ਆਪਣੀ ਟੀਮ ਦੇ ਲਈ। ਕਬੱਡੀ ਦਾ ਕਹਿੰਦੇ ਰਸ਼ੀਅਨ ਟੈਂਕ ਦੁੜਬੇ ਵਾਲਾ ਲੁੱਦਰ ਉਹ ਵੀ ਅੱਜ ਦੇ ਮੇਲੇ ਦੇ ਕਹਿੰਦੇ ਪੁੱਜ ਚੁੱਕਾ, ਮਗਰੇ ਮਗਰੇ ਕਹਿੰਦੇ ਮੁੰਡਾ ਜਿਹੜਾ ਪੱਕੇ ਤੌਰ ਤੇ ਕਨੇਡਾ ਰਹਿੰਦਾ ਉਹ ਚਿੱਤਪਾਲ ਹੈ ਚਿੱਟੀ ਦੀ ਧਰਤੀ ਦਾ, ਉਹ ਨੌਜਵਾਨ ਵੀ ਕਹਿੰਦੇ ਪੁੱਜ ਚੁੱਕਾ ਹੈ, ਮਾਣ ਹੈ ਦੁਆਵਾਂ ਦੇ ਸਰ ਦੇ ਲਈ। ਫਿਰ ਇੱਧਰ ਕਹਿੰਦੇ ਰਾਹ ਬੰਦ ਕੀਤੇ ਹੋਏ ਆ, ਆਓ ਸਾਹਮਣੇ ਨੰਬਰ ਜਾਫੀਆਂ ਦੇ ਹਿੱਸੇ ਜੁੜਦਾ ਹੋਇਆ ਰੇਡ ਭੂਰੀ ਵੀ ਬੋਲ ਮਾਨਾ ਦੇ ਮੁੰਡੇ ਮੇਰੇ ਵੀਰੇ, ਭੂਰੀ ਨੇ ਕਬੱਡੀ ਪਾ ਦਿੱਤੀ ਹੈ। ਉੱਧਰ ਸੁੱਖੇ ਨੇ ਬਹੁਤ ਸੋਹਣਾ ਜੱਫਾ ਲਾਇਆ ਕੀਪੇ ਪੱਧਰੀ ਵਾਲੇ ਨੂੰ, ਗੱਲ ਦੇ ਵਿੱਚ ਗਾਨੀ ਹੈ ਮੁੰਡੇ ਦੇ, ਅੱਥਰੀ ਜਵਾਨੀ ਹੈ ਮੁੰਡੇ ਤੇ, ਆਓ ਚੜੀ ਹੋਈ ਹੈ ਧੱਕੇ ਦੇ ਦੇ ਕੇ ਜਵਾਨੀ ਜੱਟ ਤੇ, ਕਬੱਡੀ ਪਾਉਂਦਾ ਏ ਥਾਪੀ ਮਾਰ ਪੱਟ ਤੇ, ਪਿੰਨੀ ਨੇ ਕਬੱਡੀ ਪਾ ਦਿੱਤੀ ਹੈ, 5, 7, 15, 20 ਕਦਮ ਵਧੇ ਹੈ, ਵੱਧ ਕੇ ਬਾਹਾਂ ਖਿਲਾਰੀਆਂ, ਆਓ ਕਮਾਲਪੁਰੀਏ ਨੇ ਗਿੱਟਾ ਚੱਕਿਆ, ਜੇ ਲੱਤ ਫੜ ਜੇ ਤੇ ਗੱਲ ਹੀ ਵੱਖਰੀ ਆ, ਆਓ ਦਵਿੰਦਰ ਸਿੰਘ ਕਮਾਲਪੁਰੀਏ, ਕਮਾਲਪੁਰੀਏ 2 ਜੱਫੇ ਅੱਜ ਕਹਿ ਸਕਦੇ ਹਾਂ ਵੀ ਹੱਥਾਂ ਚੋਂ ਗਏ ਹੈ, 2 ਮੁੰਡੇ ਹੱਥਾਂ ਚੋਂ ਭੱਜੇ ਹੈ। ਲੈ ਪਿੰਨੀ ਵੀ ਸਿਰ ਮਾਰਦਾ, ਹਰਜੋਤ ਭੰਡਾਲ ਵਾਲਾ ਕਬੱਡੀ ਪਾ ਰਿਹਾ, ਇਹ ਦੇਬੇ ਭੰਡਾਲ ਦਾ ਪਿੰਡੂ ਹੈ ਮੇਰੇ ਵੀਰੋ, ਇਹ ਸੁੱਖੇ ਦਾ ਪਿੰਡੂ ਹੈ ਜਿਸ ਨੌਜਵਾਨ ਨੇ ਹੁਣ ਕਬੱਡੀ ਪਾ ਦਿੱਤੀ ਹੈ, ਕਨੇਡਾ ਤੋਂ ਆਇਆ ਹੋਇਆ, 2018 ਦੇ ਵਿੱਚ ਇੱਕ ਸਟੂਡੈਂਟ ਗਿਆ ਸੀ, ਫਿਰ ਖੇਡਣ ਲੱਗਿਆ, ਬੱਲੇ ਬੱਲੇ ਕਰਵਾਈ ਹੈ, ਇੱਕ ਪਾਸੇ ਚੜ੍ਹਦੀ ਬਰੇਸ ਦਾ ਹਰਜੋਤ ਹੈ, ਦੂਜੇ ਪਾਸੇ 21 ਸਾਲਾਂ ਦਾ ਮੁੰਡਾ, ਦੁਨੀਆ ਜਿਹਨੂੰ ਸ਼ੀਲੂ ਸ਼ੀਲੂ ਕਹਿੰਦੀ, ਆਹ ਦੁਨੀਆ ਜਿਹਨੂੰ ਸ਼ੀਲੂ ਸ਼ੀਲੂ ਕਹਿੰਦੀ, ਮੈਨੂੰ ਲੱਗਦਾ ਵੀ ਆਹ ਤੇ ਕੰਮ ਗਲਤ ਜਾ ਹੋਇਆ, ਟਾਈਮ ਨਹੀਂ ਹੋਇਆ, ਹੋਇਆ ਕਿ ਨਹੀਂ, ਟਾਈਮ ਹੋਇਆ ਕਿ ਕੰਮ ਗਲਤ ਹੋਇਆ, ਗਲਤ ਕੰਮ ਗਲਤ ਹੋਇਆ, ਇਹ ਧੱਕਾ ਭਾਜੀ, ਨਹੀਂ ਨਹੀਂ ਕੋਈ ਨੀ, ਉੱਧਰ ਸ਼ਾਇਦ ਮੈਨੂੰ ਲੱਗਦਾ ਵੀ ਬਟਨ ਤੇ ਹੱਥ ਪਹਿਲਾਂ ਰੱਖਿਆ ਗਿਆ ਜਾਂ ਕਿੱਦਾਂ, ਉਹ ਨਾ ਉਹਦੇ ਨੂੰ ਪੁੱਛੀ ਜਾਂਦਾ ਮੇਰੇ ਤੋਂ ਘੱਟ ਗਲਤ ਰੱਖਿਆ ਗਿਆ, ਠੀਕ ਆ, ਐਨਕਾਂ ਲਾ ਦੇ ਕੋਈ ਨੀ, ਗੁੱਸਾ ਨਾ ਕਰੀ ਹੋਰ ਨਾ ਮੇਰੇ ਇੱਥੇ ਆ ਕੇ ਧਰ ਦੀ, ਹਾਂ ਹਾਂਜੀ, ਹੁਣ ਦੱਸੋ ਹੁਣ ਇਹਦਾ ਕੌਣ ਫੈਸਲਾ ਕਰੂ, ਇੰਦਰਪਾਲ ਰੇਡ ਦੁਬਾਰਾ ਕਹਿੰਦੇ, ਹੁਣ ਧਿਆਨ ਨਾਲ ਆ ਵੀ ਹੁਣ ਥੋੜਾ ਜਿਹਾ ਢਿੱਲਾ, ਹਾਂ 3-2 ਸਕਿੰਟ ਲੰਘ ਗਏ ਸੀਗੇ, ਫਿਰ ਲਓ ਹਰਜੋਤ
ਦੀ ਕਬੱਡੀ ਚਾਰ ਜਾਫੀ ਤਿਆਰ ਨੇ। ਸੀਚੇ ਵਾਲੀਆ ਵਾਹਿਗੁਰੂ ਮੇਰੇ ਵੀਰੋ, ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਦਾ ਪੇਂਡੂ ਹੈ, ਟੱਕਰ ਉਹੀ ਹੈ, ਟੱਕਰ ਉਹੀ ਹੈ, ਆਓ ਟੱਕਰ ਉਹੀ ਹੈ। ਕਹਿੰਦਾ ਸ਼ੀਲੂ, ਕਹਿੰਦਾ ਨਾ ਪੁਆਇੰਟ ਤੇ ਮੇਰਾ ਹੀ ਹੈ, ਇਹ ਹੁੰਦਾ ਮੇਰੇ ਵੀਰੋ ਕਹਿ ਕੇ ਗੱਲ ਪਗਾਉਣੀ। ਕਹਿੰਦਾ ਕੋਈ ਗੱਲ ਨੀ, ਇਸ ਵਾਰ ਤੇ ਮੈਂ ਇੱਕ ਜ਼ੋਰ ਨਾਲ ਜੱਫਾ ਲਾਊਂਗਾ। ਅਮਰੀਕ ਦਿਓਰੇ ਵਾਲਾ ਰਵੀ ਆ ਗਿਆ ਚੋਰ ਸਾਹਮਣੇ, ਕਹਿੰਦੇ ਰਵੀ ਵੀ ਇਸ ਵੇਲੇ ਫਿਰ ਕਬੱਡੀ ਪਈ ਹੈ। ਇੱਕ ਤਕੜਾ ਨੰਬਰ ਨੌਜਵਾਨ ਨੇ ਆਪਣੀ ਟੀਮ ਲਈ ਜੋੜਿਆ, ਦੁਨੀਆ ਕਹਿੰਦੇ ਟਿੱਕੀ ਬੈਠੀ ਹੈ, ਲੋਕਾਂ ਨੇ ਜਿਹੜੇ ਜਿਹੜੇ ਚਾਹੇ ਪਲੇਅਰ ਉਹ ਲਿਆ ਕੇ ਕਹਿੰਦੇ ਪ੍ਰਬੰਧਕਾਂ ਨੇ ਖੜੇ ਕਰ ਦਿੱਤੇ ਆ। ਇਹ ਵੀ ਇੱਕ ਮਾਣ ਵਾਲੀ ਗੱਲ ਹੈ ਵੀ ਹਰ ਇੱਕ ਦੀ ਪਸੰਦ ਦੇ ਉੱਪਰ ਖੜੇ ਉਤਰਨਾ ਇਹ ਬਹੁਤ ਔਖਾ ਹੈ। ਲਓ ਕਹਿੰਦੇ ਭੂੰਡੀ ਲਾ ਤਕੜਾ ਜੱਫਾ ਬੱਲੇ ਬੱਲੇ ਕਰਵਾ ਗਿਆ ਆਪਣੀ ਟੀਮ ਦੇ ਲਈ। ਜੋਗੇ ਦੇ ਕਿਹੜੇ ਪੈਰ ਸ਼ਰਾਰਤ ਕਰ ਗਏ ਆ, ਜੋਗੇ ਦੇ ਪੈਰ ਕਿਵੇਂ ਸ਼ਰਾਰਤ ਕਰ ਗਏ ਆ। ਨੌਜਵਾਨ ਕਹਿੰਦੇ ਅਗਲੀ ਰੇਡ ਪਾਉਣ ਦੇ ਲਈ ਇਹਦਾ ਪੱਧਰੀ ਪਿੰਡ ਹੈ, ਪੱਧਰੀ ਵਾਲਾ ਕਹਿੰਦੇ ਇਸ ਵੇਲੇ ਲਓ ਕੀਪਾ ਵਧਿਆ ਖੇਡ ਮੈਦਾਨ ਦੇ ਵਿੱਚ। ਇੱਕ ਪਾਸੇ ਸ਼ੁਸ਼ਕ ਦੀ ਧਰਤੀ ਦਾ ਨੌਜਵਾਨ ਵੱਡੇ ਮਾਲੜੇ ਨਾਲ ਕਹਿੰਦੇ ਕਮਾਲਪੁਰੇ ਵਾਲਾ, ਪਰ ਆਹ ਕਹਿੰਦੇ ਗੱਭਰੂ ਕੌਣ ਹੈ, ਇਹ ਕਹਿੰਦੇ ਕੈਲੇ ਦੇ ਪਿੰਡ ਦਾ, ਇਹ ਬੰਪੇ ਦੇ ਪਿੰਡ ਦਾ, ਇਹ ਕਹਿੰਦੇ ਬਿੱਲੇ ਦੇ ਪਿੰਡ ਦਾ, ਇਹ ਬਠਿੰਡੇ ਦੇ ਪਿੰਡ ਦਾ, ਇਹ ਬਿਜੇ ਦੇ ਪਿੰਡ ਦਾ, ਇਹ ਭਿੰਡਰਾਂ ਵਾਲਾ ਕਹਿੰਦੇ ਨੌਜਵਾਨ ਸੁੱਖਾ ਹੈ। ਇਹਦੇ ਚਾਚੇ ਨੇ ਕਬੱਡੀ ਖੇਡੀ ਹੈ, ਇਹਦੇ ਬਾਪੂ ਨੇ ਕਬੱਡੀ ਖੇਡੀ ਹੈ, ਕਿਉਂਕਿ ਜਿਹਨਾਂ ਨੇ ਭਿੰਡਰਾਂ ਵਾਲੇ ਕਹਿੰਦੇ ਜੋੜਿਆਂ ਦੀ ਖੇਡ ਦੇਖੀ ਹੈ, ਉਹਨਾਂ ਨੇ ਅੰਦਾਜ਼ੇ ਲਾ ਲਏ ਹੋਣੇ ਵੀ ਇਹ ਨੌਜਵਾਨ ਉਹਨਾਂ ਦੇ ਲਾਣੇ ਦੇ ਵਿੱਚੋਂ ਲੱਗਦਾ ਹੈ। ਪਰ ਗੱਗੀ ਇਹਦੇ ਬਾਰੇ ਮੇਰੇ ਵੀਰੋ, ਇੱਕ ਨਿਰਮਲ ਜੌੜਾ ਬਿਲਾਸਪੁਰ ਦੀ ਧਰਤੀ ਦਾ ਹੋਇਆ, ਬਿਲਕੁਲ ਮੇਰੇ ਵੀਰੋ ਵੱਡਾ ਨਾਮ ਹੋਇਆ ਨਿਰਮਲ ਜੌੜਾ। ਇੱਕ ਆਹ ਨਿਰਮਲ ਹੈ, ਦੂਜੇ ਪਾਸੇ ਪਹਿਲਾਂ ਹੱਥ ਗਿੱਟੇ ਨੂੰ ਗਿਆ, ਫਿਰ ਮੇਰੇ ਵੀਰੋ ਖੁੱਚਾ ਨੂੰ ਗਿਆ, ਇਹ ਘੋੜਾ ਸੰਧਵਾਂ ਦੀ ਧਰਤੀ ਦਾ ਗੁਰਦਾਸਪੁਰ ਜ਼ਿਲ੍ਹੇ ਵਾਲਾ ਲੱਗਿਆ ਪਿਆ, ਜੋਰ ਮੁੰਡਿਆਂ ਦਾ ਤਾੜੀਆਂ। ਆਓ ਆ ਤੇ ਮੇਰੇ ਵੀਰੋ ਟਰੱਕ ਮੂਧਾ ਕਰਤਾ, ਟਰੱਕ ਮੂਧਾ ਕਰਨ ਵਾਲੀ ਗੱਲ ਹੈ, ਚੋਬਰ ਨੇ ਘੋੜੇ ਨੇ ਜੱਫਾ ਲਾ ਦਿੱਤਾ ਹੈ। ਇਹਦਾ ਸੰਧਵਾਂ ਪਿੰਡ ਹੈ, ਚਮਕੌਰ ਸਾਹਿਬ ਦਾ ਕਾਲੂ ਗਰਚਾ ਕਬੱਡੀ ਪਾ ਰਿਹਾ, ਚਾਰ ਜਾਫੀ ਤਿਆਰ ਨੇ। ਉਧਰ $25 ਦੇ ਵਿੱਚ ਬੁਲਟ ਕੱਢਿਆ ਜਾਣਾ, ਜਿਨ੍ਹਾਂ ਨੇ ਹਾਲੇ ਟਿਕਟਾਂ ਨਹੀਂ ਲਈਆਂ ਉਹ ਲੈ ਲਿਓ, ਫਾਈਨਲ ਤੋਂ ਪਹਿਲਾਂ 25 ਚ ਬੁਲਟ ਬੁਲਟ ਕੱਢਿਆ ਜਾਣਾ। ਸ਼ੁਸ਼ਕ ਦਾ ਫੁੱਲ ਹੈ ਕਿ ਛੱਡ ਦੇ ਆਦਤਾਂ ਸਾਰੀਆਂ ਮਾੜੀਆਂ, ਤੇਰੇ ਇੱਕ ਇੱਕ ਪੁਆਇੰਟ ਤੇ ਵੱਜਣਗੀਆਂ ਤਾੜੀਆਂ, ਆਓ ਕਰ ਸਿੱਧੇ ਕੰਮ ਹੋ ਪੁੱਠਿਆਂ ਦੇ ਉਲਟ ਮਿੱਤਰਾ, ਜਿੱਤ ਕੇ ਲੈ ਜਾ ਅੱਜ ਸ਼ਿਫਟਨ ਤੋਂ ਬੁਲਟ ਮਿੱਤਰਾ, ਜਿੱਤ ਕੇ ਲੈ ਜਾ ਅੱਜ ਸ਼ਿਫਟਨ ਤੋਂ ਬੁਲਟ ਮਿੱਤਰਾ। ਕਦੇ ਦੀਪ ਨੇ ਗਾਇਆ ਅਮਰੀਕ ਕੇ ਬੈਠ ਜੀ ਬੁਲਟ ਉੱਤੇ ਛਾਲ ਮਾਰ ਕੇ ਨੀ ਦਿਲੋਂ ਬਹਿਮ ਕੱਢ ਕੇ, ਅੱਗੇ ਚੰਡੀਗੜ੍ਹ ਆ ਗਈ ਟਾਈਮ ਕੱਢ ਕੇ, ਆਓ ਸਾਹਮਣੇ ਰੇਡ ਪੈ ਰਹੀ ਹੈ। ਫਿਰ ਕਹਿੰਦੇ ਹਰਜੋਤ ਭੰਡਾਲ ਕਬੱਡੀ ਪਾ ਰਿਹਾ ਅੱਜ ਦੇ ਵੱਡੇ ਮੇਲੇ ਦੇ ਉੱਪਰ, ਕਹਿੰਦੇ ਗਰਲੇ ਢਾਹਾ ਪਿੰਡ ਹੈ, ਸਾਡਾ ਡੈਡੀ ਵੀਰ ਵੀ ਆਇਆ ਹੋਇਆ ਹੈ, ਜਦੋਂ ਪਹਿਲੀ ਵਾਰੀ ਆਏ ਪਹਿਲੀ ਵਾਰੀ ਕਿਵੇਂ ਆਏ ਆ, ਇਹ ਜਾਵੇ ਪ੍ਰਗਟ ਜਾਣਦਾ ਜਾਂ ਡੈਡੀ ਸੋਹ ਜਾਣਦਾ, ਪਰ ਅੱਜ ਵੀ ਉਹ ਟਾਈਮ ਚੇਤੇ ਆ ਕਿ ਕੋਠੇ ਚੜ ਕੇ ਭੁੱਲੀਏ ਨਾ, ਕਦੇ ਪਹਿਲਾ ਤੰਬਾ ਪੌੜੀ ਦਾ ਕੋਠੇ ਚੜ ਕੇ ਭੁੱਲੀਏ ਨਾ, ਕਹਿੰਦੇ ਪਹਿਲਾ ਤੰਬਾ ਪੌੜੀ ਦਾ। ਮੇਰੇ ਦਵਾਵਾਂ ਨੇ ਵੱਡੇ ਭਰਾ ਦੇ ਲਈ, ਆਹੋ ਕਹਿੰਦੇ ਬਿਨਾਂ ਮਤਲਬ ਤੋਂ ਪਿਆਰ ਦਿੱਤਾ ਹੈ, ਉਹ ਦਵਾਵਾਂ ਨੇ ਵੱਡੇ ਭਰਾ ਦੇ ਲਈ। ਮੱਲੀ ਸਾਹਿਬ ਹੈਲੋ, ਰੋਬਨ ਪੈਨ ਦੇ ਜਾ ਵੀਰੇ। ਅੱਛਾ, ਮੈਚ ਚੱਲਦਾ ਹੋਇਆ ਸਮਾਪਤ ਹੈ, ਸਿਡਨੀ ਕਬੱਡੀ ਕਲੱਬ ਜੇਤੂ ਹੈ ਜੀ।